ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਉਹਨਾਂ ਭਗਦੇ ਮਸਲਿਆਂ ਦੀ ਸ਼ੁਰੂਆਤ ਅਸੀਂ ਰੋਜ਼ਾਨਾ ਕਰਦੇ ਹਾਂ ਔਰ ਉਹਨਾਂ ਇਸ਼ੂਜ਼ ਨੂੰ ਅਸੀਂ ਚੱਕਦੇ ਹਾਂ। ਔਰ ਜਦ ਇਹ ਇਸ਼ੂਜ਼ ਪਬਲਿਕ ਡੋਮੇਨ ਦੇ ਉੱਤੇ ਆ ਕੇ ਡਾਇਲੋਗ ਬਣਦੇ ਹਨ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਇਸ ਦੇ ਉੱਤੇ ਵਿਚਾਰ ਕੀਤਾ ਜਾ ਸਕੇ। ਕਈ ਸਾਰੇ ਇਸ਼ੂਜ਼ ਜਿਹੜੇ ਨੇ ਉਹ ਵੱਖ ਵੱਖ ਸੰਸਥਾਵਾਂ ਤੋਂ, ਵੱਖ ਵੱਖ ਪੈਰੋਕਾਰਾਂ ਤੋਂ, ਵੱਖ ਵੱਖ ਸਿਆਸਤਦਾਨਾਂ ਤੋਂ ਸੁਣਨ ਨੂੰ ਮਿਲਦੇ ਹਨ, ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਇਸ ਮੰਚ ਦੇ ਉੱਤੇ ਉਹਦਾ ਰੋਡ ਮੈਪ ਤਿਆਰ ਕੀਤਾ ਜਾ ਸਕੇ। ਲੇਕਿਨ ਅਗਰ ਮੈਂ ਪੰਥਕ ਮਸਲਿਆਂ ਦੀ ਗੱਲ ਕਰਾਂ ਤਾਂ ਉਹ ਮਸਲੇ ਵੀ ਸਾਡੇ ਲਈ ਬੇਹੱਦ ਜ਼ਰੂਰੀ ਹਨ। ਜ਼ਿਕਰਯੋਗ ਹੈ ਕਿ ਅਸੀਂ ਉਹਨਾਂ ਦੇ ਉੱਤੇ ਵਿਚਾਰ ਕਰਦੇ ਤਾਂ ਹਾਂ, ਲੇਕਿਨ ਉਹਨਾਂ ਵਿਚਾਰਾਂ ਦੇ ਵਿੱਚ ਜਦ ਇੱਕ ਰੋਡ ਮੈਪ ਤਿਆਰ ਹੁੰਦਾ, ਭਾਵੇਂ ਉਹਨੂੰ ਕੋਈ ਵੀ ਪੈਰੋਕਾਰ, ਭਾਵੇਂ ਉਹਨੂੰ ਕੋਈ ਵੀ ਅਦਾਰਾ ਜਿਹੜਾ ਕਹਿੰਦਾ ਹੋਇਆ ਨਜ਼ਰ ਆਉਂਦਾ ਕਿ ਅਸੀਂ ਵਚਨਬੰਧ ਆ, ਅਸੀਂ ਇਸ ਦੇ ਉੱਤੇ ਵਿਚਾਰ ਕਰ ਰਹੇ ਹਾਂ, ਲੇਕਿਨ ਉਹਨਾਂ ਵਿਚਾਰਾਂ ਦੇ ਵਿੱਚ ਕਦੀ ਕਵਾਰ ਉਹ ਜਿਹੜੇ ਮਸਲੇ ਹਨ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਲੇਕਿਨ ਜ਼ਿੰਮੇਵਾਰੀ ਫਿਰ ਸਾਡੀ ਹੁੰਦੀ ਹੈ ਯਾਦ ਕਰਾਉਣਾ ਉਹਨਾਂ ਸਾਰੇ ਔਰਗਨਾਈਜੇਸ਼ਨਸ ਨੂੰ ਜੋ ਜਿਨ੍ਹਾਂ ਨੇ ਹਿੱਕ ਦੇ ਜ਼ੋਰ ਨਾਲ ਇਹ ਤਾਂ ਕਿਹਾ ਕਿ ਇਸ ਮਸਲੇ ਦੇ ਉੱਤੇ ਅਸੀਂ ਵਚਨਬੰਧ ਰਹੇ ਹਾਂ, ਔਰ ਜੇਕਰ ਅੱਜ ਇਹ ਸਿਰੇ ਚੜਿਆ ਤਾਂ ਇਹ ਸਾਡੀ ਬਦੌਲਤ ਚੜਿਆ। ਲੇਕਿਨ ਜਦ ਉਸ ਵਿਸ਼ੇ ਦੇ ਉੱਤੇ ਜਾਂ ਫਿਰ ਉਸ ਮਸਲੇ ਦੇ ਉੱਤੇ ਸਾਨੂੰ ਕੁਛ ਨਜ਼ਰ ਨਹੀਂ ਆ ਰਿਹਾ ਆਉਂਦਾ ਫਿਊਚਰ ਦੇ ਵਿੱਚ, ਫਿਰ ਕੋਈ ਔਰਗਨਾਈਜੇਸ਼ਨ ਸਾਹਮਣੇ ਨਹੀਂ ਆਉਂਦੀ, ਫਿਰ ਤਾਂ ਕਹਿੰਦੀ ਹੈ ਕਿ ਅਸੀਂ ਤਾਂ ਕੋਸ਼ਿਸ਼ ਕੀਤੀ ਸੀਗੀ, ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਸੀਗੀ, ਹੁਣ ਸਿਰੇ ਕਿਉਂ ਨਹੀਂ ਚੜਿਆ, ਹੁਣ ਸਾਡੀ ਜ਼ਿੰਮੇਵਾਰੀ ਨਹੀਂ ਹੈ, ਇਹ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਨਹੀਂ, ਅੱਜ ਮੈਂ ਉਹਨਾਂ ਸਾਰੇ ਔਰਗਨਾਈਜੇਸ਼ਨਸ ਨੂੰ ਕਹਾਂਗਾ, ਜਦ ਤੁਸੀਂ ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਅੱਗੇ ਆਉਂਦੇ ਹੋ, ਜਦ ਤੁਸੀਂ ਕ੍ਰੈਡਿਟ ਲੈ ਕੇ ਜਾਂਦੇ ਹੋ ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੀ ਕਿ ਹੁਣ ਤੁਸੀਂ ਆਓ ਔਰ ਰੱਖੋ ਆਪਣੀ ਗੱਲ ਕਿ ਜੀ ਹਾਂ ਇਸ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ, ਔਰ ਜਲਦ ਹੀ ਨਵਾਂ ਸੁਨੇਹਾ ਜਾਂ ਫਿਰ ਕੁਝ ਨਵੀਂ ਗੱਲਬਾਤ ਅਸੀਂ ਕੌਮ ਦੇ ਲਈ ਲੈ ਕੇ ਆਵਾਂਗੇ। ਮੈਂ ਜ਼ਿਆਦਾ ਗੱਲ ਨੂੰ ਨਾ ਖਿੱਚਦਾ ਹੋਇਆ ਇਹ ਕਹਾਂਗਾ ਕਿ ਮੈਂ ਸਿੱਧੀ ਗੱਲ ਠੋਕ ਕੇ ਕਰ ਰਿਹਾ ਕਰਤਾਰਪੁਰ ਕੋਰੀਡੋਰ ਦੀ। ਅੱਜ ਕਰਤਾਰਪੁਰ ਕੋਰੀਡੋਰ ਕੌਮ ਦੇ ਲਈ ਸਿਰਫ ਇੱਕ ਸੁਪਨਿਆਂ ਦਾ ਕੋਰੀਡੋਰ ਹੀ ਰਹਿ ਗਿਆ। ਬਿਲਕੁਲ ਮੈਂ ਕਹਾਂਗਾ ਇਸ ਗੱਲ ਨੂੰ, ਜ਼ਿੰਮੇਵਾਰੀ ਬਣਦੀ ਹੈ, ਫੈਕਟਸ ਦੇਵਾਂਗਾ ਤੁਹਾਨੂੰ। ਅੱਜ ਕਿੱਥੇ ਨੇ ਔਰਗਨਾਈਜੇਸ਼ਨਾਂ ਜਿਹੜੀਆਂ ਇਸੀ ਮੰਚ ਦੇ ਉੱਤੇ ਆ ਕੇ ਪਿੱਠ ਥਪਥਪਾ ਕੇ ਕਹਿੰਦੀਆਂ ਸੀਗੀਆਂ ਕਿ ਅਸੀਂ ਇਹ ਕੰਮ ਕੀਤਾ? ਮੈਂ ਕਿਸੇ ਵੀ ਔਰਗਨਾਈਜੇਸ਼ਨ ਦਾ ਨਾਮ ਨਹੀਂ ਲਵਾਂਗਾ, ਲੇਕਿਨ ਜੇਕਰ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਅੱਜ ਕਾਲ ਜ਼ਰੂਰ ਕਰਿਓ ਔਰ ਆਪਣੀ ਗੱਲ ਨੂੰ ਜ਼ਰੂਰ ਰੱਖਿਓ। ਮੈਂ ਉਹ ਸਿਆਸਤਦਾਨਾਂ ਨੂੰ ਵੀ ਲੈ ਕੇ ਆਵਾਂਗਾ ਜਿਹੜੀ ਆਪਣੀ ਪਿੱਠ ਥਪਥਪਾ ਕੇ ਕਹਿੰਦੇ ਹਨ ਕਿ ਜੀ ਅਸੀਂ ਕਰਤਾ, ਔਰ ਉਹਦੇ ਉੱਤੇ ਬੀਜੇਪੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਭਾਰਤ ਦੇ ਵਿੱਚ, ਉਹਨਾਂ ਨੇ ਆਪਣੀ ਪਿੱਠ ਥਪਥਪਾਈ ਕਿ ਦੇਖੋ ਜੀ ਅਸੀਂ ਖੋਲਤਾ, ਅਸੀਂ ਕੰਮ ਰਾਸ ਕਰਤਾ। ਲੇਕਿਨ ਅੱਜ ਇਹੀ ਬੀਜੇਪੀ ਪਾਰਟੀ, ਅੱਜ ਇਸੀ ਬੀਜੇਪੀ ਪਾਰਟੀ ਦੇ ਸਿਆਸਤਦਾਨ ਕਹਿੰਦੇ ਹਨ ਜੰਮੂ ਕਸ਼ਮੀਰ ਦੇ ਮਸਲੇ ਤੋਂ ਬਾਅਦ, ਨਹੀਂ ਨਹੀਂ ਜੀ ਕਰਤਾਰਪੁਰ ਕੋਰੀਡੋਰ ਜੇ ਖੁੱਲ੍ਹ ਗਿਆ ਤਾਂ ਕੰਮ ਖਰਾਬ ਹੋ ਜਾਏਗਾ। ਰਾਜ ਸਭਾ MP ਸੁਬਰਮੰਡਮ ਸਵਾਮੀ ਕੰਟਰੋਵਰਸ਼ੀਅਲ ਬਿਆਨ ਦੇਣ ਦੇ ਵਿੱਚ ਸਭ ਤੋਂ ਅੱਗੇ ਹਨ। ਉਹ ਬੋਲਦੇ ਹਨ ਕਿ ਉਹਨਾਂ ਦੇ ਪਿੱਛੇ ਲੁਕੀਆਂ ਹੋਈਆਂ ਤਾਕਤਾਂ ਬੋਲਦੀਆਂ ਹਨ। ਮੈਨੂੰ ਯਾਦ ਹੈ ਇੱਕ ਵਾਰੀ ਸਾਡੇ ਮੰਚ ਦੇ ਉੱਤੇ ਆ ਕੇ ਕਿਹਾ ਸੀ ਕਿ ਜੀ ਨਹੀਂ 1984 ਦੇ ਵਿੱਚ ਅਸੀਂ ਪੂਰੀ ਕੌਮ ਦੇ ਨਾਲ ਖੜ੍ਹੇ ਸੀਗੇ, ਅਸੀਂ ਸਾਥ ਨਿਭਾਇਆ ਸੀਗਾ। ਲੇਕਿਨ ਅੱਜ ਜਦ ਉਹ ਬੋਲਦੇ ਹਨ ਤਾਂ ਲੱਗਦਾ ਕਿ ਇੱਕ ਉਹ ਆ ਦਾਇਰੇ ਦਾ ਜਾਂ ਫਿਰ ਉਸ ਸੰਸਥਾ ਦਾ ਬੰਦਾ ਬੋਲ ਰਿਹਾ ਜੋ ਸਿਰਫ ਹਿੰਦੂਆਂ ਦੀ ਗੱਲ ਕਰਦਾ, ਜੋ ਸਿਰਫ ਹਿੰਦੂ ਹਿੰਦੀ ਹਿੰਦੁਸਤਾਨ ਦੀ ਗੱਲ ਕਰਦਾ। ਅੱਜ ਦਬੀ ਦਬੀ ਦਬਾਨ ਦੇ ਵਿੱਚ, ਅੱਜ ਮੈਂ ਮਾਫੀ ਚਾਹਾਂਗਾ, ਦਬੀ ਜ਼ਬਾਨ ਦੇ ਵਿੱਚ ਜਿਹੜੇ ਸਿੱਖ ਆਗੂ ਹਨ ਉਹ ਖੁੱਲ੍ਹ ਕੇ ਨਹੀਂ ਬੋਲ ਪਾ ਰਹੇ ਭਾਰਤ ਦੇ ਵਿੱਚ ਰਹਿ ਕੇ। ਅੱਜ
ਦਬੀ ਜ਼ਬਾਨ ਦੇ ਵਿੱਚ ਸਿੱਖ ਆਗੂ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਨਹੀਂ ਬੋਲ ਪਾ ਰਹੇ। ਜਦ ਅਸੀਂ ਕੋਈ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਹਨੂੰ ਸਿਰੇ ਲਾਉਣਾ ਵੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤਰਾਸਦੀ ਹੈ ਕੌਮ ਦੀ, ਭਾਵੇਂ ਉਹ ਭਾਰਤ ਦੇ ਵਿੱਚ, ਭਾਵੇਂ ਉਹ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ। ਅਸੀਂ ਕ੍ਰੈਡਿਟ ਲੈਣਾ ਹੁੰਦਾ, ਸਭ ਤੋਂ ਅੱਗੇ ਖੜ੍ਹੇ ਹੁੰਦੇ ਲਾਈਨ ਦੇ ਵਿੱਚ। ਜੇ ਕੰਮ ਫਸ ਗਿਆ, ਸਾਨੂੰ ਤਾਂ ਪਤਾ ਹੀ ਨਹੀਂ, ਸਾਨੂੰ ਤਾਂ ਦੱਸਿਆ ਹੀ ਨਹੀਂ, ਸਾਡੇ ਨਾਲ ਗੱਲ ਹੀ ਨਹੀਂ ਕੀਤੀ, ਫਿਰ ਕੋਈ ਅੱਗੇ ਨਹੀਂ ਆਉਂਦਾ। ਭਾਵੇਂ ਉਹ ਗੁਰਦੁਆਰੇ ਦੇ ਮਸਲੇ ਹੋਣ, ਭਾਵੇਂ ਉਹ ਪੰਥਕ ਮਸਲੇ ਹੋਣ, ਭਾਵੇਂ ਉਹ ਮਸਲਾ ਆਪਣੀ ਵਿਚਾਰਧਾਰਾ ਦਾ ਹੋਵੇ, ਕੋਈ ਵੀ ਕੌਮ ਦਾ ਮਸਲਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਰਗਨਾਈਜੇਸ਼ਨ ਜ਼ਿੰਮੇਵਾਰੀ ਨਾਲ ਵਚਨਬੰਧ ਹੁੰਦੀ ਹੈ। ਜਦ ਮੈਂ ਕਰਤਾਰਪੁਰ ਲਾਂਘੇ ਦੀ ਗੱਲ ਕਰ ਰਿਹਾ ਤਾਂ ਸਾਨੂੰ ਆਸ ਸੀਗੀ ਕਿ ਬਾਬੇ ਨਾਨਕ ਦਾ ਜਿਹੜਾ ਹੈ ਲਾਂਘਾ ਜ਼ਰੂਰ ਖੁੱਲੂਗਾ। ਅਰਦਾਸ ਦੇ ਵਿੱਚ ਅਸੀਂ ਹਮੇਸ਼ਾ ਇਹੀ ਕਹਿੰਦੇ ਹੋਏ ਨਜ਼ਰ ਆਏ, ਉਹਨੂੰ ਗੁਰੂ ਧਾਮਾਂ ਅਤੇ ਗੁਰਦੁਆਰਿਆਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਾਉਣਾ। ਅੱਜ ਮੈਨੂੰ ਲੱਗਦਾ ਕੌਮ ਖੁੱਲ੍ਹੇ ਦਰਸ਼ਨ ਦੀਦਾਰ ਦੇ ਲਈ ਮੁੜ ਤੋਂ ਲਾਈਨ ਦੇ ਵਿੱਚ ਖੜ੍ਹੀ ਹੈ ਔਰ ਸਿਰਫ ਐਵੇਂ ਦੇਖ ਰਹੀ ਹੈ ਕਿ ਵਾਕਈ ਇਹ ਕਰਤਾਰਪੁਰ ਲਾਂਘਾ ਖੁੱਲੂਗਾ। ਕੁਛ ਫੈਕਟਸ ਨੇ ਮੇਰੇ ਕੋਲ। ਸੁਬਰਮੰਡਮ ਸਵਾਮੀ ਬੀਜੇਪੀ ਦੇ ਰਾਜ ਸਭਾ ਤੋਂ MP, ਉਹਨਾਂ ਨੇ ਮੀਡੀਆ ਨੂੰ ਕੀ ਕੁਝ ਬਿਆਨ ਦਿੱਤੇ, ਪਹਿਲਾਂ ਉਹਨਾਂ ਨੂੰ ਸੁਣ ਲੈਂਦੇ ਹਾਂ। ਕਰਤਾਰਪੁਰ ਪੈਸੇਜ, ਸੋ ਕਾਲਡ ਪੈਸੇਜ, ਆਈ ਥਿੰਕ ਇਟਸ ਅ ਡੇਂਜਰਸ ਮੂਵ ਐਂਡ ਇਟ ਵਿਲ ਕੈਨ ਬੀ ਯੂ ਮਿਸਯੂਜ਼ ਬਿਕੋਜ਼ ਦੀ ਦੇਰ ਇਜ਼ ਨੋ ਪ੍ਰੋਪਰ ਚੈਕਿੰਗ ਪ੍ਰੋਸੀਜਰ। ਜਸਟ ਸ਼ੋਇੰਗ ਪਾਸਪੋਰਟ ਇਜ਼ ਨੋਟ ਇਨਫ। ਪਾਸਪੋਰਟ ਯੂ ਕੈਨ ਗੈਟ ਇਨ ਚਾਂਦਨੀ ਚੌਕ ਫੋਰ ਸਮ 250 ਰੁਪੀਸ। So I don't think that we have that kind of facility where we can check every passport, and we have to find some way by which this should be the only last time. I mean, those who want to go to Pakistan for seeing the shrine, they must register well in advance, maybe 6 months in advance, after they're all checked, and it can be only one way. And of course, their return. But we can't have people coming from Pakistan with Pakistani passports to India. ਸਿਆਸੀ ਪੰਡਤ ਕਹਿੰਦੇ ਹਨ ਕਿ ਦੋ ਰਾਸਤੇ ਜਿਹੜੇ ਨੇ ਪਾਕਿਸਤਾਨ ਦੇ ਨਾਲ, ਅਗਰ ਰਾਬਤਾ ਕਾਇਮ ਹੁੰਦਾ ਤਾਂ ਉਹ ਭਾਰਤ ਲਈ ਵਧੀਆ ਨਹੀਂ ਹੈਗਾ। ਇੱਕ ਤਾਂ ਪੰਜਾਬ ਦਾ ਰਸਤਾ ਅਤੇ ਇੱਕ ਜੰਮੂ ਕਸ਼ਮੀਰ ਦਾ ਰਸਤਾ। ਅਤੇ ਸਿਆਸੀ ਪੰਡਤਾਂ ਨੇ ਇਹ ਵੀ ਕਿਹਾ ਔਰ ਕਈ ਸਾਰੇ ਪੈਰੋਕਾਰਾਂ ਨੇ ਇਹ ਵੀ ਕਿਹਾ ਕਿ ਇਹ ਚਾਲ ਸੀਗੀ BJP ਦੀ ਕਿ ਬਈ ਕਸ਼ਮੀਰ ਔਰ ਜੰਮੂ ਦਾ ਮੁੱਦਾ ਉਠਾ ਦਿਓ, ਕਰਤਾਰਪੁਰ ਲਾਂਘਾ ਆਪਣੇ ਆਪ ਬੰਦ ਹੋ ਜਾਊਗਾ, ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਣਗੇ। ਹੁਣ ਕਿੱਥੇ ਨੇ ਸਾਡੇ ਕੌਮ ਦੇ ਰਖਵਾਲੇ, ਕਿਹੜੇ ਬਿੱਲ ਦੇ ਵਿੱਚ ਬੈਠੇ ਹੋਏ ਨੇ ਛੁੱਪ ਕੇ, ਕਿਉਂ ਨਹੀਂ ਬਾਹਰ ਆਉਂਦੇ? ਰਖਵਾਲੀ ਕਰੋ ਕੌਮ ਦੀ, ਜ਼ਿੰਮੇਵਾਰੀ ਹੈ ਤੁਹਾਡੀ, ਕਿੱਥੇ ਹੋ ਤੁਸੀਂ ਹੁਣ? ਕੋਈ ਗੱਲ ਨਹੀਂ, ਸ਼ਾਇਦ ਤੁਹਾਡਾ ਜ਼ਮੀਰ ਜਾਗੇ, ਆਉਂਗੇ ਤੁਸੀਂ ਬਾਹਰ, ਲਾਉਂਗੇ ਸਟੈਂਡ। ਨਾ 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 ਨਾ, ਹੁਣ ਸਟੈਂਡ ਕ੍ਰੈਡਿਟ ਨਾ ਨਾ ਲੈਣਾ, ਹੁਣ ਸਟੈਂਡ ਲੈਣਾ ਕਿ ਅਸੀਂ ਕਰ ਰਹੇ ਹਾਂ ਕੁਛ। ਜੇ ਕਰ ਰਹੇ ਹੋ ਤਾਂ ਫਿਰ ਕਾਲ ਵੀ ਜ਼ਰੂਰ ਕਰਨਾ। ਪਾਕਿਸਤਾਨ ਦੀ ਜਿਹੜੀ ਮੀਡੀਆ ਹੈ ਉਹਦਾ ਕੀ ਸਟੈਂਡ ਹੈ, ਉਹ ਵੀ ਮੈਂ ਕੁਝ ਫੁਟੇਜ ਤੁਹਾਨੂੰ ਪਾਕਿਸਤਾਨੀ ਮੀਡੀਆ ਦੀ ਦਿਖਾਉਣਾ ਚਾਹੁੰਦਾ। ਉਹ ਆਪਸ ਦੇ ਵਿੱਚ ਕਿਸ ਤਰੀਕੇ ਦੀ ਗੱਲ ਕਰ ਰਹੇ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ। ਸਾਇੰਸ ਐਂਡ ਟੈਕਨੋਲੋਜੀ ਦੇ ਮਿਨਿਸਟਰ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਪਾਕਿਸਤਾਨ ਨਿਊਜ਼ ਦੇ ਇੱਕ ਐਂਕਰ, ਕਿ ਕੁਝ ਗੱਲਬਾਤ ਹੋਈ ਇਹਨਾਂ ਦੇ ਵਿੱਚ ਕੋਰੀਡੋਰ ਨੂੰ ਲੈ ਕੇ। ਇੱਕ ਵਾਰੀ ਆਪਾਂ ਉਹਦੇ ਉੱਤੇ ਵੀ ਚਾਨਣਾ ਪਾ ਲੈਂਦੇ ਹਾਂ। ਹਵਾਲੇ ਸੇ ਆਜ ਕੁਛ ਆਵਾਜ਼ੇ ਉੱਠ ਰਹੀ ਹੈ, ਮੈਂ ਵਹਾਂ ਪੜ੍ਹ ਰਹੀ ਜੋ ਇੰਟਲੈਕਚੁਅਲਸ ਹੈ, ਕੁਛ ਵਹਾਂ ਪੇ ਸਿਆਸਤਦਾਨ ਕਹਿ ਰਹੇ ਜੀ ਕਿ ਭਾਰਤ ਕੋ ਚਾਹੀਏ ਕਿ ਕਰਤਾਰਪੁਰ ਪੇ ਇਸ ਵਕਤ ਹੋਲਟ ਕਰ ਦੇ ਸਭ ਮਾਮਲਾ। ਤੋ ਪਾਕਿਸਤਾਨ ਤੋਂ ਬੜਾ ਕੀਨ ਹੈ, ਵਹਾਂ ਸੇ ਯੇ ਰਿਸਪੌਂਸ ਆ ਰਹਾ ਹੈ ਠੰਡਾ ਸਾ। नहीं देखिए, वो भारत में रिस्पांस कोई पाकिस्तान का उसमें नहीं आ रहा। वो इसलिए आ रहा है कि ये तो वहाँ के जो सिख बरादरी है उसको वो सहूलत मिलने जा रही है,
और इस वक्त अगर आप कश्मीर के बाद अगर कोई इलाका यूनानिमस है नरेंद्र मोदी की कंडेमनेशन में है तो वो पंजाब है। आप देखिए कि जिस तरह से कश्मीर में जो एक जो कश्मीरी जिन्होंने एक आज़ादी के लिए कुर्बानियों का एक सिलसिला रकम किया है, मंजूर गिलानी साहब हैं, यासीन मलिक साहब हैं, मीर वाइज उमर फारूक साहब हैं, ये लोग जो अरसे से कुर्बानियां देते रहे हैं वो तो दे ही रहे हैं, लेकिन आप इस वक्त देखिए कि वो लोग जो हिंदुस्तान का नैरेटिव लेके चल रहे थे, उमर अब्दुल्ला हों, शाह फैसल हों, महबूबा मुफ्ती हों, वो भी पाबंद सलासल हैं, और कल तो राहुल गांधी साहब को भी वहाँ पर नहीं उतरने दिया गया। उसके बाद जो कश्मीर में कोई नाम लेवा नहीं है नरेंद्र मोदी का, लेकिन उसके बाद अगर कोई सूबा जहां पर एक कह लीजिए कि मुत्तफिका आवाज़ है नरेंद्र मोदी के इकदामात की मजम्मत की, वो पंजाब है। वहां के जो चीफ मिनिस्टर हैं कैप्टन अमरिंदर सिंह जी और वहां की अपोजिशन, दोनों ने नरेंद्र मोदी के जो इकदामात हैं उसको मुस्तरद किया है, और जो करतार सिंह की जो ओपनिंग है ये वहाँ की सिख बरादरी के लिए बहुत इम्पॉर्टेंट है। जैसा कि आपको मालूम है कि वो जो करतारपुर है वो एक तारीखी हैसियत रखता है, बहुत मजहबी अकीदत का हामिल है सिख बरादरी के लिए, और भारत जो इकदाम करेगा वो तो सिखों के खिलाफ करेगा, पाकिस्तान का नंबर तो बाद में आता है। ठीक है, अच्छा आज आपकी एक और ट्वीट भी सामने आई है, अच्छा इसको आप... ते जद जद पंजाबियों का बोलबाला होया है, भावें मैं पुरातन समय की गल कर लवा, हमेशा कौम नू अगर झेलना पिया तो उन्होंने हमेशा बैकफुट ते ही ले जाया गया, जिन्हां अदायरियां दा संस्थावां दा काम पंजाबियों नू ते सिखां नू बैकफुट दे विच ले जाउण दा है, उन्हां दे उत्ते नज़र कौन रख रहा। जब तक इस जड़ नू नहीं खत्म किया जाएगा, मैनू नहीं लगता कि कौम का बोलबाला हो पाएगा। इस उत्ते करांगे अज विचार वटांदरा, लैके आवांगे बीजेपी अते कांग्रेस दे बुलारियां नू, सत समुंदर पार वो की सोचते हैं और उन्हां दा की स्टैंड है, मिलते हैं ब्रेक तो बाद। ब्रेक तो बाद साढ़े सारे दर्शकों का स्वागत है जी। सब तो जिहड़ा इस टाइम भगदा मसला बनिया होया, मैं पंथक मसलों की गल कर रहा सी, और जेकर पंथक मसलों की गल करते हैं तो सब तो वड्डा मसला हाल फिलहाल दे विच करतारपुर लांघा हैगा, उन्हूं लैके कांग्रेस पार्टी का विरोधी धिर का की स्टैंड हैगा, फिर बीजेपी का भी स्टैंड असी लै लाँगे। बीजेपी का स्टैंड तो हाल फिलहाल दे विच सुब्रमण्यम स्वामी के बयान तो बाद नज़र ही आ रहा है कि उन्हों का स्टैंड है, लेकिन कांग्रेस पार्टी इस मुतलक की कुछ विचार सांझे करना चाहती है। मेरे नाल नरेंद्र सिंह मुंदर मौजूद हैं, कांग्रेस के बुला रहे हैं मिशिगन तो, उन्होंने जानने की कोशिश करते हैं कि इस मुतलक वो अपने की विचार रखना चाहते हैं इस मंच के उत्ते। नरेंद्र सिंह जी थोड़ा स्वागत है अज के मुद्दे के। हाँ जी हरकीरत जी, थोड़ा तो जिन्हिया पंजाबी के जिन्हें भी ऑडियंस ने जोड़े हम इस प्रोग्राम सुन रहे हैं, मेरे वालों उन्होंने प्यार भरी सत श्रीकाल जी। तो नाल ही मेरे नाल मौजूद हैं बलजिंदर सिंह शम्मी मैरीलैंड तो, बीजेपी के बुला रहे हैं, उन्होंने भी असं जी आयन करते हैं। थैंक यू जी, मेरे वालों भी थानू सारे दर्शकों मेरे वालों सत श्री अकाल। सत श्री अकाल। सब तो पहला सवाल नरेंद्र सिंह जी मैं थोड़े तो लेना चाहूंगा, की स्टैंड है थोड़ा करतारपुर लांघे नूं लैके? साडा जी ओही खुशी दी कोई हद नहीं, जदों दा ये लांघे दा प्रोग्राम जो जिहड़ा कोरीडोर दा मता पास होया, जिहड़ी अपनी पंजाब गवर्नमेंट पंजाब दी ते नाल इमरान खान दी ऑलसो अलोंग विद मोदी जी जी साडी आ नैशनल दी सरकार है, सारिआं दे सहयोग नाल सिखां प्रति सिखां दे मनां दे विच बहुत ही ज़्यादा खुशी की लहर है। बाकी जिस तरह तुसीं पहला दस्या है कि जिदा सुब्रमण्यम स्वामी जी और जिहड़े कुछ कु पार्टियां दे जिहड़े कुछ राज्यसभा मैंबर ने कुछ लीडर ने जिहड़े इस लांघे ते किंतु परंतु कर रहे ने, वह बड़ा मतलब कि सिखी हिरदे नूं वलूंदन वाली गल है, क्योंकि साडे विच हताश खुशी है कि यह लांघा खुल जाए, क्योंकि 72 साल हो गए है जद असीं इस चीज़ की वेट कर रहे थे कदे लांघा खुले, और सिख संगत जिहड़ियां बिना झिझक के उस करतारपुर साहब के लांघे से करतारपुर साहब के दर्शन कर। शमी जी किस तरीके नाल देखदे हो सुब्रमण्यम स्वामी के बयान नूं, तुहाडी पार्टी के मैंबर ऑफ पार्लीमेंट ने, तुसीं तां याद है मैनूं जद पहला भी मंच के उत्ते आए थे तुसीं यह गल का सानूं आश्वासन दिता सीगा कि करतारपुर लांघा जरूर खुलेगा, फिर यह किस तरीके दी गल्लां कर रहे हैं थोड़े लीडर्स? देखो मोदी जी ने
ਪਹਿਲੇ ਦਿਨ ਤੋਂ ਹੀ ਕਿਹਾ ਸੀ ਵੀ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲਾਂਗੇ ਤੇ ਉਧਰੋਂ ਇਮਰਾਨ ਸਾਹਿਬ ਜੀ ਨੇ ਵੀ ਕਿਹਾ ਸੀ, ਇਮਰਾਨ ਖਾਨ ਸਾਹਿਬ ਜੀ ਨੇ ਵੀ, ਤੇ ਮੋਦੀ ਜੀ ਨੇ ਹੁਣ ਵੀ ਪੂਰੇ ਦ੍ਰਿੜ ਹੈ ਉਹ ਲਾਂਘਾ ਖੁੱਲੇਗਾ, ਉਹ ਸਾਡੇ ਨਾਲ ਹੈ ਮੋਦੀ ਜੀ, ਉਸ ਵਿੱਚ ਕੋਈ ਡਿੱਕਾ ਨਹੀਂ ਪਏਗਾ, ਇਹ ਲਾਂਘਾ ਨਵੰਬਰ ਦੇ ਵਿੱਚ ਖੁੱਲੇਗਾ। ਦੋਨਾਂ ਪਾਸੇ ਬਹੁਤ ਸਾਰਾ ਕੰਮ ਹੋ ਚੁੱਕਿਆ, ਆਲਮੋਸਟ ਕੰਪਲੀਟ ਹੋ ਜਾਣਾ ਵਿਦ ਇਨ ਨੈਕਸਟ ਮੰਥ, ਉਹ ਪਾਕਿਸਤਾਨ ਵਾਲੇ ਪਾਸੇ ਸਾਡੇ ਵਾਲੇ ਪਾਸੇ। ਫਿਰ ਕਿਉਂ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਕੌਮ ਦੇ ਵਿੱਚ, ਕਿਉਂ ਤੁਸੀਂ ਸਿੱਖਾਂ ਦੇ ਇਹਨਾਂ ਹਿਰਦਿਆਂ ਨੂੰ ਵਲੂੰਦਰਾ ਕਰ ਰਹੇ ਹੋ ਜਿਵੇਂ ਸਾਨੂੰ ਨਰਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ, ਤੇ ਕਿਉਂ ਨਹੀਂ ਕੋਈ ਬਿਆਨ ਜਿਹੜਾ ਹੈ ਸਟੀਕ ਬਿਆਨ ਸਾਹਮਣੇ ਆਏ, ਖੁਦ ਆਪ ਪ੍ਰਧਾਨ ਮੰਤਰੀ ਮੋਦੀ ਆਣ, ਉਹ ਕਹਿਣ ਕਿ ਮੈਂ ਵਚਨ ਦੇਣਾ ਔਰ ਮੈਂ ਇਸ ਗੱਲ ਨਾਲ ਵਚਨਬੰਦ ਹਾਂ ਕਿ ਜ਼ਰੂਰ ਕਰਤਾਰਪੁਰ ਲਾਂਘਾ ਖੁੱਲ੍ਹੇਗਾ, ਭਾਵੇਂ ਸਾਡਾ ਕਸ਼ਮੀਰ ਜੰਮੂ ਨੂੰ ਲੈ ਕੇ ਜੋ ਵੀ ਮਸਲਾ ਹੋਇਆ, ਲੇਕਿਨ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ। ਦੇਖੋ ਜੀ, ਦੋਨੋਂ ਕੰਟਰੀਆਂ ਦਾ ਭਾਵੇਂ ਆਪਸ ਦੇ ਵਿੱਚ ਥੋੜ੍ਹਾ ਜਿਹਾ ਕਸ਼ਮਕਸ਼ ਚੱਲ ਰਹੀ ਹੈ, ਪਰ ਉਸ ਤੋਂ ਬਾਅਦ ਵੀ ਸਾਡੀ ਇੰਡੀਅਨ ਟੀਮ ਤੇ ਉਹਨਾਂ ਦੀ ਟੀਮ ਮਿਲੀ ਆਪਸ ਦੇ ਵਿੱਚ ਵੀ ਲਾਂਘੇ ਦੇ ਮਤਲਬ ਤੇ ਸਿਰ, ਇਸ ਦਾ ਮਤਲਬ ਮੋਦੀ ਜੀ ਸਾਡੇ ਨਾਲ ਹੈ, ਉਹਨਾਂ ਨੇ ਕੋਈ ਰੁਕਾਵਟ ਨਹੀਂ ਪਾਈ। ਦੂਸਰੀ ਗੱਲ, ਜੇ ਤੁਸੀਂ ਕਹਿੰਦੇ ਸੁਬਰਾਮਨੀਅਮ ਜੀ ਨੇ ਬਿਆਨ ਦਿੱਤਾ ਹੈਗਾ, ਉਹ ਸੁਬਰਾਮਨੀਅਮ ਜੀ ਨੇ ਆਪਣੇ ਇੰਡੀਵਿਜੁਅਲ ਬਿਆਨ ਦਿੱਤਾ ਹੈ, ਉਹਨਾਂ ਦੀਆਂ ਤੁਸੀਂ ਪਹਿਲਾਂ ਵੀ ਬਿਆਨ ਸੁਣੋ, ਬੜੇ ਕੰਟਰੋਵਰਸ਼ੀਅਲ ਬਿਆਨ ਦਿੰਦੇ ਹੈਗੇ, ਉਹ ਮੰਦਭਾਗਾ ਬਿਆਨ ਹੈ ਜਿਹਨੂੰ ਕਹਿੰਦੇ ਆ, ਪਰ ਉਹ ਪਬਲਿਸਿਟੀ ਲੈਣ ਲਈ ਉਹ ਜ਼ਰੂਰ ਕੰਟਰੋਵਰਸ਼ੀਅਲ ਬਿਆਨ ਦਿੰਦੇ ਆ। ਪਿਛਲੇ ਤੁਸੀਂ ਜਾ ਕੇ ਉਹਨਾਂ ਦਾ ਰੈਕੋਰਡ ਚੈੱਕ ਕਰ ਲਓ। ਨਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੰਡੀਵਿਜੁਅਲ ਬਿਆਨ ਹੈ, ਬੀਜੇਪੀ ਦਾ ਬਿਆਨ ਨਹੀਂ ਹੈਗਾ? ਦੇਖੋ ਹਰਕੀਰਤ ਜੀ ਔਰ ਸੁਣਨ ਵਾਲੇ ਜਿੰਨੇ ਵੀ ਮੇਰੇ ਭੈਣ ਭਰਾ ਨੇ, ਜਦੋਂ ਉਹਨਾਂ ਨੇ ਬਿਆਨ ਦਿੱਤਾ, ਦੇਖੋ ਇੱਕ ਸਪੋਜ਼ ਕਰ ਲਓ ਪੰਜਾਬ ਹੈ ਜਾਂ ਕੋਈ ਘਰ ਹੈ, ਘਰ 'ਚ ਕੋਈ ਬੱਚਾ ਆਪਣੇ ਪਿਓ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਬਿਆਨ ਦੇ ਸਕਦਾ? ਕੈਪਟਨ ਅਮਰਿੰਦਰ ਸਿੰਘ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈ ਕੋਈ ਉਹ ਬਿਆਨ ਦੇ ਸਕਦਾ? ਦੇਖੋ ਲੁੱਕ ਐਟ ਸੁਖੀ ਰੰਧਾਵਾ ਜੀ, ਮੇਰਾ ਖਿਆਲ ਹਫ਼ਤੇ ਦੇ ਵਿੱਚ ਉਹਨਾਂ ਦਾ ਇਲਾਕਾ ਹੈ, ਤਿੰਨ ਚਾਰ ਵਾਰੀ ਹਫ਼ਤੇ ਦੇ ਵਿੱਚ ਲਾਂਘੇ ਨੂੰ ਦੇਖਣ ਜਾਂਦੇ ਹਨ। ਅੱਜ ਤੱਕ ਸਨੀ ਦਿਓਲ ਉਸ ਇਲਾਕੇ ਤੋਂ ਬਣੇ ਸੀ, ਐਮਪੀ ਸੀ, ਅੱਜ ਤੱਕ ਉੱਥੇ ਗਏ ਨੇ? ਇਹਨਾਂ ਕੋਲ ਇਹ ਪੁੱਛੋ ਪਲੀਜ਼। ਬਜਿੰਦਰ ਜੀ, ਗਦਰ 2 ਦਾ ਨਹੀਂ ਬਣਾ ਰਹੇ ਕਿੱਥੇ ਸਨੀ ਦਿਓਲ? ਨਹੀਂ ਜੀ, ਐਸੀ ਕੋਈ ਗੱਲ ਨੀ, ਸਨੀ ਦਿਓਲ ਵੀ ਚਾਹੁੰਦਾ ਲਾਂਘਾ ਖੁੱਲੇ ਤੇ ਮੋਦੀ ਜੀ ਵੀ ਚਾਹੁੰਦੇ ਆ ਤੇ ਲਾਂਘਾ ਖੁੱਲੇਗਾ, ਇਹ ਚ ਕੋਈ ਡਿਚਨ ਨਹੀਂ। ਪਰ ਆਈ ਥਿੰਕ ਦੈਟਸ ਅ ਵੈਲਿਡ ਕੁਐਸਚਨ, ਵੇਅਰ ਇਜ਼ ਸਨੀ ਦਿਓਲ? ਉਹ ਤੇ ਗੁਰਦਾਸਪੁਰ ਤੋਂ ਸੰਬੰਧ ਰੱਖਦੇ ਹਨ, ਸਰਹੱਦੀ ਇਲਾਕਾ ਹੈ, ਜਾਣਾ ਚਾਹੀਦਾ, ਦੌਰਾ ਕਰਕੇ ਆਣਾ ਚਾਹੀਦਾ, ਆਸ਼ਵਾਸਨ ਦੇ, ਬੀਜੇਪੀ ਦਾ ਆਗੂ ਹੈ, ਬੀਜੇਪੀ ਦਾ ਐਮਪੀ ਹੈ, ਠੀਕ ਹੈ, ਬੜੇ ਐਮਪੀ ਹੈ, ਪਰ ਫਿਰ ਵੀ ਅਸੀਂ ਉਹਨਾਂ ਨੂੰ ਮੇਰਾ ਖਿਆਲ ਜ਼ਰੂਰ ਜਾਣਗੇ ਉਹ, ਤੇ ਮੇ ਬੀ ਦੇ ਆਰ ਜਸ ਬਿਜ਼ੀ ਸਮ ਅਦਰ ਵਰਕ, ਬਟ ਲਾਟ ਆਫ ਬਜਿੰਦਰ ਜੀ, ਕਿਉਂ ਬਾਰ ਬਾਰ ਇਹ ਗੱਲ ਆਉਂਦੀ ਹੈ ਕਿ ਕਿਹੜੀਆਂ ਤਾਕਤਾਂ ਬੋਲਦੀਆਂ ਹਨ? ਜਦ ਵੀ ਸਿੱਖਾਂ ਦਾ ਬੋਲਬਾਲਾ ਹੁੰਦਾ ਹੈ, ਜਦ ਵੀ ਸਿੱਖ ਚੜ੍ਹਦੀ ਕਲਾ ਦੇ ਵਿੱਚ ਭਾਰਤ ਦੇ ਵਿੱਚ ਹੁੰਦੇ ਹਨ ਜਾਂ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹਨ, ਤਾਂ ਕਿਹੜੀਆਂ ਤਾਕਤਾਂ ਉਹਨਾਂ ਨੂੰ ਰੋਕਦੀ ਹੈ? ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਲੋਕਾਂ ਦਾ ਇਹ ਵੀ ਕਹਿਣਾ ਹੈ, ਜਿਹੜੀਆਂ ਹੋਰ ਵੱਖ ਵੱਖ ਸੰਸਥਾਵਾਂ ਹਨ ਜਿਨ੍ਹਾਂ ਦੀ ਵਿਚਾਰਧਾਰਾ ਨਹੀਂ ਮੈਚ ਕਰਦੀ ਬੀਜੇਪੀ ਦੇ ਨਾਲ, ਉਹ ਕਹਿੰਦੀ ਹੈ ਆਰ ਐਸ ਐਸ ਬੁਲਵਾਉਂਦੀ ਹੈ ਅਜਿਹੇ ਬਿਆਨ। ਕਿਉਂ ਆਰ ਐਸ ਐਸ ਪਈ ਹੈ ਸਿੱਖਾਂ ਦੇ ਪਿੱਛੇ? ਦੇਖੋ ਹੁਣ ਅਗਲੀ ਮੀਟਿੰਗ ਵੀ ਤੁਹਾਡੇ ਸਾਹਮਣੇ ਜਲਦੀ ਤੋਂ ਜਲਦੀ, ਜਿਹੜੀ ਇਹਨਾਂ ਦੀ ਟੀਮ ਹੈ ਅਮੈਰੀਕਾ ਇੰਡੀਆ ਤੇ ਪਾਕਿਸਤਾਨ ਦੀ ਟੀਮ ਕੋਰੀਡੋਰ ਤੇ ਜੋ ਬਣੀ ਹੈ, ਯੂ ਵਿਲ ਸੀ ਉਹ ਜਲਦੀ ਮਿਲ ਰਹੀ ਹੈਗੀ ਆ। ਤੁਸੀਂ ਦੇਖੋਗੇ ਵਿਦ ਇਨ ਅ ਮੰਥ ਉਹ ਫਿਰ ਇੱਕ ਮੀਟਿੰਗ ਉਹਨਾਂ ਦੀ ਹੋਣ ਵਾਲੀ ਹੈ ਜੀ, ਤੇ ਉਸ ਤੋਂ ਪ੍ਰੂਵ ਹੁੰਦਾ ਹੈਗਾ ਵੀ ਇਸ ਦੇ ਵਿੱਚ ਸਾਡੇ ਮੋਦੀ ਜੀ ਪੂਰੇ ਸਹਿਮਤ ਹੈ ਵੀ ਲਾਂਘਾ ਖੁੱਲੇਗਾ। ਤੇ ਮੋਦੀ ਜੀ ਫਿਰ ਕਿਉਂ ਹੀ ਨਹੀਂ ਖੁੱਲ ਕੇ ਸਾਹਮਣੇ ਆਉਂਦਰ ਕਹਿਣ? ਦੇਖੋ ਤੁਸੀਂ ਤਾਂ ਆਪਾਂ ਉਹਨਾਂ ਨੂੰ ਕਹੀਏ ਵੀ ਨਹੀਂ ਆਉਂਦੇ, ਜੇ ਉਹਨਾਂ ਨੇ ਕਿਹਾ ਹੋਵੇ ਵੀ ਅਸੀਂ ਆਪਣੀ ਟੀਮ ਨਹੀਂ ਭੇਜ, ਆਪਣੇ ਵਜ਼ੀਰਾਂ ਨੂੰ ਅੱਗੇ ਕਰ ਦਿੰਦੇ ਨੇ, ਔਰ ਉਹਨਾਂ ਦੇ ਵਿੱਚ ਇੱਕ ਵਜ਼ੀਰ ਜਿਹੜਾ ਉਹਨਾਂ ਦਾ ਖੁੱਲ ਕੇ ਬਿਆਨ ਦਿੰਦਾ ਕਿ ਜੇ ਲਾਂਘਾ ਨਹੀਂ ਖੁੱਲਣਾ ਚਾਹੀਦਾ, ਸਿਕਿਉਰਿਟੀ ਇਸ਼ੂ ਹੈ। ਹੁਣ ਤੁਸੀਂ ਅੱਗੇ ਵੀ ਇਹ ਕਹੋਗੇ ਕਿ ਸਿਕਿਉਰਿਟੀ ਇਸ਼ੂ ਹੈ, ਕਿਉਂਕਿ ਤੁਹਾਡੇ ਕੋਲ ਹੁਣ ਸਭ ਤੋਂ ਵੱਡੀ ਗੱਲ ਜੰਮੂ ਕਸ਼ਮੀਰ ਨੂੰ ਲੈ ਕੇ ਹੈ, ਪਾਕਿਸਤਾਨ ਤਿਆਰੀ ਕਰ ਰਿਹਾ ਜੀ ਜੰਗ ਦੀ, ਜੇਕਰ ਕਰਤਾਰਪੁਰ ਲਾਂਘਾ ਖੁੱਲ ਗਿਆ ਤੇ ਸਿਕਿਉਰਿਟੀ ਇਸ਼ੂ ਹੋ ਜਾਣਗੇ, ਪਾਸਪੋਰਟ ਜਿਹੜੇ ਨੇ 250-250 ਤੁਸੀਂ ਜਾਮਾ ਮਸਜਿਦ ਚਾਂਦਨੀ ਚੌਕ ਤੋਂ ਬਣਵਾ ਲਓ, ਆਹ ਹੋ ਜਾਏਗਾ, ਤੇ ਫਿਰ ਅੱਜ ਕਿਉਂ ਇਸ ਗੱਲ ਦੀ ਲੋੜ ਪਈ? ਬਾਅਦ 'ਚ ਨਿਪਟਾ ਲੈਂਦੇ, ਤੁਹਾਨੂੰ ਪਤਾ ਹੈ ਕਿ ਸਿੱਖਾਂ ਦੇ ਲਈ ਸਭ ਤੋਂ ਵੱਡੀ ਅਗਰ ਕੋਈ ਗੱਲ ਹੈ ਵਰਲਡ ਦੇ ਵਿੱਚ ਵਸਦੀ ਨਾਮ ਨਾਨਕ ਨਾਮ ਲੈਵਲ ਹੀ ਹੈ, ਉਹ 550 ਪ੍ਰਕਾਸ਼ ਪੁਰਬ ਹੈ, ਕਰਤਾਰਪੁਰ ਲਾਂਘਾ। ਮੈਂ ਲਵਾਂਗਾ ਇਸ ਸਵਾਲ ਦਾ ਜਵਾਬ, ਸ਼ਮੀ ਜੀ ਲਵਾਂਗਾ ਇਸ ਸਵਾਲ ਦਾ ਜਵਾਬ, ਨਰਿੰਦਰ ਸਿੰਘ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਸ਼ਮੀ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਫਿਲਹਾਲ ਇੱਕ ਨਿੱਕੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹੋ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਕਰਾਂਗੇ
इस विषय के उत्ते गलबात और रखांगे इस मुद्दे नूं इस तरीके नाल जारी। मिलते हैं ब्रेक तो बाद। ब्रेक तो बाद थोड़ा स्वागत है। साडे नाल फोन लाइन ते मौजूद हैं बलजिंदर सिंह शमी जी, बीजेपी के बुलाए हैं, नरेंद्र सिंह मुंदर साडे नाल मौजूद हैं, कांग्रेस के बुलाए हैं। शमी जी, सवाल पूछा सीगा जाने तो पहला ब्रेक तो बाद, मैं चाहना कि तुसी उस सवाल का जवाब जरूर दे दियो। ਤੁਸੀਂ ਕਿਹਾ ਸੀਗਾ ਵੀ ਇਹ ਲਾਂਘੇ ਬਾਰੇ ਗੱਲਬਾਤ। ਮੈਂ ਕਿਹਾ ਸੀਗਾ ਜੀ ਕਿਹੜੀਆਂ ਤਾਕਤਾਂ ਹਨ, ਖੁੱਲ ਕੇ ਦੱਸ ਦਿਓ, ਜਿਹੜੀਆਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਅੱਗੇ ਵਧੇ, ਪ੍ਰੋਗਰੈਸਿਵ ਹੋਣ। ਦੇਖੋ ਜੇ ਤਾਂ ਅਸੀਂ ਬੀਜੇਪੀ ਦੀ ਗੱਲ ਕਰੀਏ, ਹਾਂ ਬੀਜੇਪੀ ਪੂਰੀ ਰੈਡੀ ਹੈ, ਉੱਥੋਂ ਇਸ ਤੋਂ ਪ੍ਰੂਵ ਹੁੰਦਾ ਵੀ ਉਹ ਰੈਡੀ ਹੈ, ਕਿਉਂਕਿ ਦੋਨੋਂ ਸਾਡੇ ਵਾਲੇ ਪਾਸੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈਗਾ। ਨਰਿੰਦਰ ਸਿੰਘ ਜੀ, ਬੀਜੇਪੀ ਪੂਰੀ ਰੈਡੀ ਹੈ, ਬੀਜੇਪੀ ਵਚਨਬੰਧ ਹੈ ਔਰ ਬੀਜੇਪੀ ਇਸ ਕੰਮ ਨੂੰ ਕਰਕੇ ਰਹੇਗੀ, ਕੋਈ ਰੁਕਾਵਟ ਨਹੀਂ ਪੈ ਰਹੀ ਹੈ ਕੰਮ ਦੇ ਵਿੱਚ। ਇਹਨਾਂ ਦਾ ਧੰਨਵਾਦ ਸ਼ਮੀ ਜੀ ਦਾ, ਪਰ ਜੋ ਜਿੰਨੀ ਗੁਰੂ ਨਾਨਕ ਸਿੱਖ ਲੇਵਾ ਸੰਗਤ ਬਾਹਰ ਬੈਠੀ ਹੈ ਜਾਂ ਹੋਰ ਦੇਸ਼ਾਂ ਜਾਂ ਵਿਦੇਸ਼ਾਂ ਜਾਂ ਲੋਕਲ ਉੱਥੇ ਹੈ, ਉਹਨਾਂ ਦੇ ਸੁਨੇਹੇ ਜਿਹੜੇ ਨੇ, ਜਿਹੜੇ ਬੇਤੁੱਕੇ ਇਹਨਾਂ ਦੇ ਲੀਡਰ ਬਿਆਨ ਦਿੰਦੇ ਨੇ, ਪਲੀਜ਼ ਮੋਦੀ ਸਾਹਿਬ ਅੱਗੇ ਅਪੀਲ ਕੀਤੀ ਜਾਵੇ ਕਿ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਰੋਕਿਆ ਜਾਵੇ, ਕਿਸੇ ਵੀ ਹੱਦ ਤੱਕ ਰੋਕਿਆ ਜਾਵੇ ਵੀ ਮਤਲਬ ਕਿ ਕੋਈ ਵੀ ਆਪਣੇ ਕੋਈ ਗਲਤ ਗੱਲ ਜਿਹੜੀ ਹੈ ਇਸ ਕੋੜੀ ਰੋਡ ਬਾਰੇ ਕਹਿੰਦੇ ਹਨ, ਤੋ ਸਾਡੇ ਜਿਹੜੇ ਸਿੱਖਾਂ ਦੇ ਹਿਰਦੇ ਨੇ ਉਹ ਲੁੰਧਲੇ ਜਾਂਦੇ ਨੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਰਟੀਸ਼ਨ ਦੇ ਟਾਈਮ ਤੇ ਸਾਡੇ ਨਾਲ ਕੀ ਹੋਇਆ। ਸ਼ਮੀ ਜੀ, ਤਕਰੀਬਨ 2 ਲੱਖ ਦੇ ਕਰੀਬ ਜਿਹੜੇ ਸੀ ਆਪਣੇ ਜਿਹੜੇ ਰਲਵੇਂ ਸਿੱਖ ਔਰ ਹਿੰਦੂ ਔਰ ਜਿੰਨੇ ਵੀ ਮਤਲਬ ਕਿ ਸੀ ਉਹਨਾਂ ਦਿਨਾਂ ਵਿੱਚ ਪਾਰਟੀਸ਼ਨ ਦੇ ਟਾਈਮ ਤੇ। ਸ਼ਮੀ ਜੀ, ਤੁਸੀਂ ਇੱਕ ਗੱਲ ਦੱਸੋ, ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਅੱਜ ਭਾਰਤ ਦੇ ਵਿੱਚ ਚਾਰੇ ਪਾਸੇ ਅਗਰ ਇੱਕ ਹੀ ਆਵਾਜ਼ ਜਿਹੜੀ ਆਉਂਦੀ ਹੈ, ਭਾਵੇਂ ਉਹ ਮੀਡੀਆ ਦੇ ਰਾਹੀਂ ਆਏ, ਭਾਵੇਂ ਉਹ ਲੋਕਾਂ ਦੇ ਮਗਰੋਂ ਆਏ, ਕਿਉਂਕਿ ਜਿਹੜੇ ਵੀ ਸਾਡੇ ਰਿਸ਼ਤੇਦਾਰ ਭਾਰਤ ਤੋਂ ਆਉਂਦੇ ਹਨ ਉਹਨਾਂ ਦੇ ਅੰਦਰ ਵੀ ਇਹ ਕੌਨਫੀਡੈਂਸ ਜਿਹੜਾ ਉਹ ਲੈਵਲ ਪੈਦਾ ਨਹੀਂ ਹੋ ਪਾ ਰਿਹਾ, ਤੁਹਾਨੂੰ ਲੱਗਦਾ ਕਿ ਜਿਹੜੀ ਘੱਟ ਗਿਣਤੀ ਹੈਗੀ ਉਹਨਾਂ ਦੇ ਵਿੱਚ ਸਿੱਖਾਂ ਦੀ, ਜੇਕਰ ਮੈਂ ਗੱਲ ਕਰਾਂ, ਭਾਰਤ ਦੇ ਵਿੱਚ ਮਹਿਫੂਜ਼ ਹੈ? ਦੇਖੋ ਜੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਘੱਟ ਗਿਣਤੀ ਜਿਹੜੇ ਰੀਸੈਂਟਲੀ ਹੋਈ ਹੈ, ਰਵਿਦਾਸ ਟੈਂਪਲ ਜੋ ਢਾਇਆ ਗਿਆ ਹੈਗਾ, ਉਹ ਸਾਰੇ ਦੋਸ਼ ਲਾ ਰਹੇ ਆ ਵੀ ਬੀਜੇਪੀ ਦਾ ਹੱਥ ਹੈ, ਉਹ ਬਲਕਿ ਉਹ ਸੁਪਰੀਮ ਕੋਰਟ ਦਾ ਆਰਡਰ ਹੈਗਾ। ਮੈਂ ਮੰਦਭਾਗਾ ਹੋਈ ਹੈ ਉਹ ਵੀ ਗੱਲ, ਪਰ ਉਹ ਸੁਪਰੀਮ ਕੋਰਟ ਦਾ ਆਰਡਰ ਸੀ, ਨਾ ਕਿ ਕਿਸੇ ਬੀਜੇਪੀ ਦਾ ਡਿਸੀਜਨ ਸੀ ਵੀ ਉਸ ਟੈਂਪਲ ਨੂੰ ਢਾਇਆ ਜਾਵੇ। ਮੈਂ ਮੰਦਭਾਗਾ ਹੋਇਆ ਗਾ, ਅਫਸੋਸ ਕਰਦਾ ਉਸ ਗੱਲ ਤੇ, ਪਰ ਇਹਦੇ ਵਿੱਚ ਬੀਜੇਪੀ ਬਦਨਾਮ ਹੋ ਜਾਂਦੀ ਹੈ ਬਗੈਰ ਮਤਲਬ। ਕਿਉਂ ਹੁੰਦੀ ਹੈ ਬੀਜੇਪੀ ਬਦਨਾਮ? ਇਹ ਮੈਨੂੰ ਲੋਕ ਕਾਰਨ ਕੋਈ ਨਹੀਂ ਹੈ, ਬਸ ਕਈ ਲੋਕ ਹੈ ਆਪੋਜੀਸ਼ਨ ਵਾਲੇ, ਉਹ ਆਪੋਜੀਸ਼ਨ ਵਾਲੇ ਬਦਨਾਮ ਦੂਸਰੀ ਪਾਰਟੀ ਨੂੰ ਜ਼ਰੂਰ ਬਦਨਾਮ ਕਰਦੇ ਆ ਕੋਈ ਨਾ ਕੋਈ ਬਹਾਨਾ ਲੱਭ ਕੇ। ਨਹੀਂ, ਕਾਰਨ ਕਿਸੇ ਭਗਵਾ ਰੰਗ ਤੇ ਨਹੀਂ, ਜਦ ਭਗਵਾ ਰੰਗ ਜ਼ਿਆਦਾ ਚੜ ਰਿਹਾ ਹੋਵੇ ਭਾਰਤ ਦੇ ਵਿੱਚ। ਦੇਖੋ ਜੀ, ਜੇ ਤੁਸੀਂ ਭਗਵਾ ਰੰਗ ਦੀ ਵੀ ਗੱਲ ਨਹੀਂ ਹੈ, ਦੇਖੋ ਜੇ ਅਸੀਂ ਗੱਲ ਕਰੀਏ ਤੁਹਾਡੀ 84 ਦਾ ਜੈਨੋਸਾਈਡ ਹੋਇਆ, ਉਹਦੇ ਸਾਨੂੰ ਜਸਟਿਸ ਨਹੀਂ ਸੀ ਮਿਲਿਆ, ਤੇ ਮੇਰੇ ਯਾਦ ਹੈ ਅਸੀਂ ਮੋਦੀ ਸਾਹਿਬ ਨੂੰ ਮਿਲੇ ਸੀਗੇ 14 ਦੇ ਵਿੱਚ, ਤੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਵੀ ਸਾਨੂੰ ਕਾਲੀ ਸੂਚੀ ਖਤਮ ਕੀਤੀ ਜਾਵੇ ਤੇ ਅਸਾਈਲਮ ਵਾਲਿਆਂ ਨੂੰ ਵੀਜ਼ਾ ਦਿੱਤਾ ਜਾਵੇ, ਸੱਜਣ ਜਿਹੜੇ 84 ਦੇ ਮੁਲਜ਼ਮ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਸਾਡੀਆਂ ਕਾਫੀ ਹੱਦ ਤੱਕ ਮੰਗਾਂ ਮੰਗ ਲਈਆਂ, ਤੁਸੀਂ ਵੇਖ ਲਓ ਸੱਜਣ ਕੁਮਾਰ ਨੂੰ ਅੰਦਰ ਕੀਤਾ ਹੈਗਾ, ਕਾਲੀ ਸੂਚੀ ਵੀ ਖਤਮ ਕੀਤੀ ਗਈ ਹੈ, ਕੇਸ ਬਾਏ ਕੇਸ ਅਸਾਈਲਮ ਵੀਜ਼ਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਸਿੱਖਾਂ ਲਈ ਮੋਸਟਲੀ ਪੰਜਾਬੀ ਹੈਗੇ, ਪੰਜਾਬੀਆਂ ਦੀਆਂ ਮੰਗਾਂ ਮੰਨੀਆਂ। ਨਰਿੰਦਰ ਸਿੰਘ ਜੀ, ਸਹਿਮਤੀ ਰੱਖਦੇ ਹੋ ਬੀਜੇਪੀ ਤਾਂ ਸਿੱਖਾਂ ਲਈ ਕੰਮ ਕਰ ਰਹੀ ਹੈ, ਕਿਉਂਕਿ ਘੇਰੇ ਤੁਸੀਂ ਬੀਜੇਪੀ ਨੂੰ? ਹਾਂਜੀ, ਮੈਂ ਦੱਸਣਾ ਚਾਹੁੰਦਾ, ਦੇਖੋ ਬਿਲਕੁਲ ਮੋਦੀ ਜੀ ਨਾਲ ਨੇ ਕੋਈ ਕਰ ਰਹੇ ਨੇ, ਪਰ ਮੈਨੂੰ ਇੱਕ ਆਪਣੇ ਸ਼ਮੀ ਜੀ ਜਵਾਬ ਦੇਣ ਜਾਂ ਆਪਣੇ, ਜਦ 35A 370 ਧਾਰਾ ਜਿਹੜੀ ਹੈ ਕਸ਼ਮੀਰ ਤੋਂ ਹਟਾਈ ਗਈ ਹੈ, ਉਹ ਟਾਈਮਲੀ ਕੁਛ ਟਾਈਮ ਬਾਅਦ ਚ ਨਹੀਂ ਸੀ ਹਟਾਈ ਜਾ ਸਕਦੀ ਜਦ ਇਹ ਲਾਂਘਾ ਖੁੱਲ ਜਾਂਦਾ, ਕਿਉਂਕਿ ਮੇਰਾ ਕਈ ਸਾਡੇ ਸਾਡੇ ਪਾਰਟੀ ਦੇ ਵਿੱਚ ਵੀ ਔਰ ਕਈ ਸਿੱਖਾਂ ਦੇ ਵਿੱਚ ਵੀ ਇਹ ਹੈ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਤਾਂ ਜੋ ਕਿ ਲਾਂਘੇ ਤੇ ਇਸ ਦਾ ਅਸਰ ਪੈ ਸਕੇ। ਸ਼ਮੀ ਜੀ, ਹਾਂਜੀ, ਧਾਰਾ 370 ਬਾਅਦ ਚ ਹਟਾ ਦਿੰਦੇ, ਕਰਤਾਰਪੁਰ ਲਾਂਘਾ ਖੁੱਲ ਜਾਂਦਾ, ਸੰਗਤ ਉੱਥੇ ਜਾਣੀ ਸ਼ੁਰੂ ਹੋ ਜਾਂਦੀ, ਥੋੜਾ ਰੁਟੀਨ ਬਣ ਜਾਂਦਾ, ਫਿਰ ਹਟਾ ਦਿੰਦੇ? ਦੇਖੋ ਜੀ, ਉਹ ਉਹਨਾਂ ਦੀ ਪਾਲਿਸੀਜ਼ ਆ, ਹੁਣ ਮੈਂ ਨਹੀਂ ਇਸ ਤਰ੍ਹਾਂ ਕਹਿ ਸਕਦਾ ਵੀ ਹੁਣ ਹਟਾਉਂਦੇ ਜਾਂ ਬਾਅਦ ਚ ਹਟਾਉਂਦੇ, ਜੇ ਹਟਾਈ ਵੀ ਗਈ ਹੈਗੀ ਆਈ ਥਿੰਕ ਇਹ ਅੱਛਾ ਡਿਸੀਜਨ ਸੀ ਮੋਦੀ ਜੀ ਦਾ, ਮੇ ਬੀ ਉਹਨਾਂ ਦਾ ਜ਼ਰੂਰਤ ਉਹਨਾਂ ਨੇ ਹੁਣੇ ਸਮਝੀ ਹੋਏਗੀ ਵੀ ਹੁਣੇ ਉਹ ਹਟਾਈ ਜਾਵੇ, ਸੋ ਦੈਟ ਵਾਸ ਦਾ ਉਹਨਾਂ ਦਾ ਡਿਸੀਜਨ ਸੀ। ਮੈਨੂੰ ਤਾਂ ਪਹਿਲਾਂ ਇਹ ਦੱਸੋ 2014 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਦਿੱਤਾ ਕੀ ਹੈ?
ਤੁਸੀਂ ਤੁਹਾਡੀ ਭਾਈਵਾਲ ਸਰਕਾਰ ਜਿਹੜੀ ਪਾਰਟੀ ਉਹਨਾਂ ਨਾਲ ਤਾਂ ਸਾਨੂੰ ਕੋਈ ਉਮੀਦ ਨਹੀਂ ਹੈ। ਚਲੋ ਉਮੀਦ ਕੇਂਦਰ ਸਰਕਾਰ ਤੋਂ ਕਰ ਲੈਂਦੇ ਹਾਂ। ਇੱਕ ਕਰਤਾਰਪੁਰ ਲਾਂਘੇ ਦੀ ਉਮੀਦ ਸੀ, ਉਹਦੇ ਉੱਤੇ ਵੀ ਖਰੀ ਨਹੀਂ ਉਤਰ ਰਹੀ, ਤੁਹਾਡੇ ਆਗੂ ਬਿਆਨ ਦੇ ਰਹੇ ਨੇ। ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਦਿੱਤਾ ਕੁਛ ਨਹੀਂ ਹੈਗਾ ਆਜ ਦਿੱਤਾ। ਚਲੋ ਦੱਸੋ ਤੁਹਾਨੂੰ ਕੁਛ ਕੁਛ ਕੁ ਮੈਂ ਐਗਜ਼ਾਮਪਲਾਂ ਹੁਣ ਦਿੱਤੀਆਂ ਸਿੱਖਾਂ ਦੇ ਜੋ ਉਹਨਾਂ ਨੇ ਮੰਗਾਂ ਮੰਨੀਆਂ। ਰੀਸੈਂਟਲੀ ਤੁਸੀਂ ਦੇਖ ਲਓ ਉਹਨਾਂ ਨੇ 6200 ਕਰੋੜ ਜੋ ਰੀਸੈਂਟ ਖਬਰ ਆਈ ਹੈ ਪੰਜਾਬ ਨੂੰ ਦਿੱਤਾ, ਜੋ ਹੜ੍ਹ ਆਏ ਹੈਗੇ ਉੱਥੇ ਪੰਜਾਬ ਦੇ ਵਿੱਚ ਸਹਾਇਤਾ ਲਈ, ਇਹ ਬੀਜੇਪੀ ਨੇ ਹੀ ਦਿੱਤਾ, ਮੋਦੀ ਜੀ ਨੇ ਅਪਰੂਵ ਕੀਤਾ 6200 ਕਰੋੜ। ਸੋ ਉਹਨਾਂ ਨੇ ਦਿੱਤਾ ਹੀ ਆ ਕੁਛ, ਅਸੀਂ ਇਹ ਨਹੀਂ ਕਹਿ ਸਕਦੇ ਵੀ ਕੁਛ ਨਹੀਂ ਦਿੱਤਾ ਹੈਗਾ। ਠੀਕ ਹੈ, ਔਰ ਕੀ ਦਿੱਤਾ? ਆ ਸਾਡੀਆਂ ਸਿੱਖਾਂ ਦੀਆਂ ਮੰਗਾਂ ਵੀ ਮੰਨੀਆਂ ਗਈਆਂ, ਕਾਫੀ ਕਾਫੀ ਸਿਆਸੀ ਪੰਡਤ ਇਹ ਵੀ ਕਹਿੰਦੇ ਹਨ ਕਿ 1200 ਕਰੋੜ ਦੇ ਕੇ ਪੰਜਾਬੀਆਂ ਨੂੰ ਖੁਸ਼ ਕਰ ਦਿਓ ਭਾਵੇਂ ਕਰਤਾਰਪੁਰ ਲਾਂਘਾ ਬੰਦ ਕਰ ਦਿਓ। ਨਹੀਂ ਇਹ ਗੱਲ ਨਹੀਂ, ਲਾਂਘਾ ਖੁੱਲੇਗਾ ਜ਼ਰੂਰ, ਲਾਂਘੇ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾਗਾ ਸਾਡੇ ਆਲੇ ਪਾਸੇ, ਇੰਡੀਆ ਆਲੇ ਪਾਸੇ। ਸੋ ਉਹ ਜ਼ਰੂਰ ਖੁੱਲੇਗਾ, ਨਵੰਬਰ ਦੇ ਵਿੱਚ ਉਹਨਾਂ ਦੀ ਡੇਟ ਹੈਗੀ ਲਾਸਟ, ਉਸ ਤੋਂ ਪਹਿਲਾਂ ਹੀ ਖੁੱਲੇਗਾ ਉਹਨਾਂ ਦੀ। ਅਗਲੇ ਮਹੀਨੇ ਜਿਹੜੀ ਟੈਕਨੀਕਲ ਟੀਮ ਦੁਬਾਰਾ ਮਿਲ ਰਹੀ ਆ ਉਹਨਾਂ ਨੂੰ, ਬੇਸ਼ੱਕ ਆਪਸ ਦੇ ਵਿੱਚ ਦੋਨੋਂ ਕੰਟਰੀਆਂ ਦੇ ਵਿੱਚ ਥੋੜੇ ਜਿਹੀ ਕਸ਼ਮਕਸ਼ ਹੈ, ਪਰ ਉਹਨਾਂ ਦੀਆਂ ਉਹਨਾਂ ਨੇ ਕਿਹਾ ਕਰਤਾਰਪੁਰ ਲਾਂਘੇ ਤੇ ਕੋਈ ਰੁਕਾਵਟ ਨਹੀਂ ਆਏਗੀ। ਨਰਿੰਦਰ ਸਿੰਘ ਜੀ। ਹਾਂਜੀ ਦੇਖੋ, ਮੈਂ ਦੁਬਾਰਾ ਫਿਰ ਸੁਬਰਾਮਨੀਅਮ ਸਵਾਮੀ ਜੀ ਤੇ ਆਉਣਾ। ਤੁਸੀਂ ਉਹਨਾਂ ਦਾ ਜਿਹੜਾ ਮਤਲਬ ਕਿ ਵੀਡੀਓ ਦਿਖਾਈ ਹੈ ਵੀ $250 ਦੇ ਵਿੱਚ, ₹250 ਦੇ ਵਿੱਚ ਚਾਂਦਨੀ ਚੌਕ ਤੋਂ ਪਾਸਪੋਰਟ ਖਰੀਦ ਸਕਦੇ ਹੋ, ਕਿ ਅਜੇ ਵੀ ਉੱਥੇ ਪਾਸਪੋਰਟ ਇੱਦਾਂ ਬਣਦੇ ਹਨ? ਕਿਹਦੀ ਗਵਰਨਮੈਂਟ ਹੈ? ਸੈਂਟਰ ਗਵਰਨਮੈਂਟ ਹੈ, ਸੈਂਟਰ ਦੇ ਅੰਦਰ ਪਾਸਪੋਰਟ ਆਉਂਦੇ ਹਨ ਕਿ ਸਾਡੇ ਸਾਨੂੰ ਸਾਨੂੰ ਸਾਰੇ ਨੂੰ $250 ਦੇ ਵਿੱਚ ਪਾਸਪੋਰਟ ਇਸ਼ੂ ਕਰਕੇ ਆ ਸੀ? ਚਲਿਏ ਮੈਂ ਕਹਿੰਦਾ ਕਿ ਮੈਂ ਇਸ ਵਿਸ਼ੇ ਦੇ ਉੱਤੇ ਨਹੀਂ ਲੈ ਕੇ ਜਾਣਾ, ਉਹ ਬਿਆਨ ਦੇ ਉੱਤੇ ਅਸੀਂ ਇੰਨੀ ਅਥੈਂਟਿਸਿਟੀ ਸਾਡੇ ਕੋਲ ਨਹੀਂ ਹੈਗੀ, ਸੋ ਆਈ ਵੁੱਡ ਨਾਟ ਲਾਈਕ ਟੂ ਟੇਕ ਦਿਸ ਯੂ ਨੋ ਰਿਐਕਸ਼ਨ, ਦੈਟਸ ਫਾਈਨ। ਸੋ ਇਟਸ ਓਕੇ, ਮੈਂ ਉਹਨੂੰ ਉਹਦੇ ਉੱਤੇ ਨਹੀਂ ਜਾਣਾ ਚਾਹੁੰਦਾ, ਪਰ ਮੇਰੇ ਲਈ ਮੇਨ ਇਸ਼ੂ ਸੀਗਾ ਬਈ ਕਰਤਾਰਪੁਰ ਲਾਂਘੇ ਨੂੰ ਲੈ ਕੇ ਬੀਜੇਪੀ ਦਾ ਸਟੈਂਡ ਕੀ ਹੈਗਾ। ਔਰ ਮੈਨੂੰ ਇੱਕ ਗੱਲ ਦੇ ਉੱਤੇ ਹੋਰ ਵੀ ਦੁਚਿੱਤੀ ਪੈਦਾ ਹੁੰਦੀ RSS ਨੂੰ ਲੈ ਕੇ, ਕਿਉਂ ਇਹ ਸਿੱਖਾਂ ਦੇ ਇਤਿਹਾਸ ਨਾਲ ਛੇੜਛਾੜ ਕਰਦੀ ਹੈ, ਹਜੇ ਵੀ ਸਾਨੂੰ ਕਹਿੰਦੀ ਕਿ ਤੁਸੀਂ ਹਿੰਦੂ ਹੋ, ਤੁਸੀਂ ਹਿੰਦੂਆਂ 'ਚੋਂ ਨਿਕਲੇ ਹੋ, ਜਾਂ ਫਿਰ ਤੁਸੀਂ ਤੁਹਾਡੀ ਜਿਹੜੀ ਆਈਡੈਂਟੀ ਹੈ ਉਹ ਭਾਰਤ ਦੇ ਵਿੱਚ ਅਸੀਂ Article 25B ਦੇ ਵਿੱਚ ਵੀ ਸੰਸ਼ੋਧਨ ਨਹੀਂ ਕਰਾਵਾਂਗੇ, ਨਹੀਂ ਕਹਾਂਗੇ ਕਿ ਤੁਸੀਂ ਡਿਫਰੈਂਟ ਰਿਲੀਜਨ ਹੋ, ਤੁਹਾਡੀ ਡਿਫਰੈਂਟ ਪ੍ਰੈਕਟਿਸ ਹੈ। ਵਾਏ ਕਿਉਂ ਨਹੀਂ? ਕੀ ਇਹ ਭੁੱਲ ਜਾਂਦੀ ਹੈ ਕਿ ਅਗਰ ਦੇਸ਼ ਆਜ਼ਾਦ ਹੋਇਆ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਬੋਲਬਾਲਾ ਹੀ ਸਿੱਖਾਂ ਦਾ ਹੈ। ਸ਼ਮੀ ਜੀ ਦੇਖੋ ਜੀ, ਹਰ ਕਮਿਊਨਿਟੀ ਦੇ ਵਿੱਚ ਕੁਛ ਕੁ ਤੱਤ ਐਸੇ ਹੁੰਦੇ ਆ ਜੋ ਉਲਟੇ ਸਿੱਧੇ ਬਿਆਨ ਦਿੰਦੇ ਹੈਗੇ। ਅਸੀਂ ਬੀਜੇਪੀ ਨੂੰ ਇਸ ਤੇ ਬਲੇਮ ਨਹੀਂ ਕਰ ਸਕਦੇ ਵੀ ਜੇ ਕੁਛ ਕੁ ਲੋਕ ਜੇ ਕਹਿ ਰਹੇ ਆ ਸੀ ਡੇਰਾ ਬਾਬਾ ਨਾਨਕ ਜਾ ਰਹੇ ਨੇ ਕਿ ਉਹ ਸਿੱਖਾਂ ਦੇ ਨਾਲ ਜੁੜੇ ਹੋਏ ਨੇ, ਸਿੱਖਾਂ ਦੀਆਂ ਭਾਵਨਾ ਨਾਲ ਜੁੜੇ ਹੋਏ ਨੇ, ਤਾਂ ਜੋ ਕਿਸੇ ਵੀ ਰੁਕਾਵਟ ਤੋਂ ਬਿਨਾਂ ਇਹ ਰਸਤਾ ਖੋਲਿਆ ਜਾਵੇ, ਸੋ ਅਸੀਂ ਖੁਸ਼ੀ ਮਹਿਸੂਸ ਕਰ ਸਕੀਏ। ਚਲੋ ਮਿਹਰਬਾਨੀ ਤੁਹਾਡੀ ਦੋਵਾਂ ਦੀ। ਮੈਂ ਹੁਣ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ, ਜੇਕਰ ਇਸ ਮੁਤਲਕ ਤੁਸੀਂ ਆਪਣੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਲਾਈਵ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਔਰ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਨਰਿੰਦਰ ਸਿੰਘ ਮੁੰਦਰ ਜੀ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਜੁੜੇ ਸੀਗੇ, ਸਾਡੇ ਨਾਲ ਬਲਜਿੰਦਰ ਸਿੰਘ ਸ਼ੰਮੀ ਜੁੜੇ ਸੀਗੇ ਬੀਜੇਪੀ ਦੇ ਬੁਲਾਰੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਤਰਕ ਰੱਖੇ। ਔਰ ਇਸ ਤਕਰਾਰ ਦੇ ਵਿੱਚ ਹਜੇ ਤੱਕ ਬੀਜੇਪੀ ਨੇ ਇਹੀ ਕਿਹਾ ਕਿ ਲਾਂਘਾ ਜ਼ਰੂਰ ਖੁੱਲੂਗਾ, ਲੇਕਿਨ ਹੁਣ ਸਾਡੇ ਦਰਸ਼ਕ ਜਿਹੜੇ ਨੇ ਉਹ ਬਹੁਤ ਇੰਟੈਲੀਜੈਂਟ ਨੇ, ਤੁਸੀਂ ਮੈਨੂੰ ਪਤਾ ਹੈ ਕਿ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਜ਼ਰੂਰ ਰੱਖਣਾ ਚਾਹੋਗੇ ਹੁਣ। ਔਰ ਤੁਸੀਂ, ਤੁਹਾਨੂੰ ਕੀ ਲੱਗਦਾ? ਮੈਂ ਤੁਹਾਨੂੰ ਦੋਵੇਂ ਤਸਵੀਰਾਂ ਦਿਖਾਤੀਆਂ, ਇੱਕ ਭਾਰਤ ਪੱਖੋਂ ਇੱਕ ਪਾਕਿਸਤਾਨ ਪੱਖੋਂ। ਨਾ ਯੂ ਹੈਵ ਟੂ ਮੇਕ ਅ ਸਟੈਂਡ, ਨਾ ਯੂ ਹੈਵ ਟੂ ਕਲੀਅਰ ਅਸ ਕਿ ਤੁਹਾਨੂੰ ਕੀ ਲੱਗਦਾ। ਮਿਲਦੇ ਹਾਂ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਹੈਲੋ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਸ਼ੰਮੀ ਸਾਡੇ ਨਾਲ ਜੁੜੇ ਸੀਗੇ ਬੀਜੇਪੀ ਦੇ ਬੁਲਾਰੇ, ਲੇਕਿਨ ਮੇਰੇ ਨਾਲ ਹੁਣ ਓਵਰਸੀਜ਼ ਬੀਜੇਪੀ ਫਰੈਂਡਸ ਤੋਂ ਮੌਜੂਦ ਹਨ ਨਿਲਮਾ ਮੈਦਾਨ ਜੀ, ਅਤੇ ਜਿਨ੍ਹਾਂ ਦਾ ਰਾਬਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਜ਼ਿਆਦਾ ਰਹਿੰਦਾ ਔਰ ਉਹਨਾਂ ਦਾ ਕਨੈਕਸ਼ਨ ਵਧੀਆ ਹੈਗਾ। ਕੁਛ ਤੱਥ ਉਹਨਾਂ ਦੇ ਅਸੀਂ ਰੱਖਣਾ ਚਾਹੁੰਦੇ ਹਾਂ ਇਸ ਮੰਚ ਦੇ ਉੱਤੇ, ਜੋ ਫੈਕਟਸ ਹਨ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ। ਸ਼ਮੀ ਜੀ ਨੇ ਆਪਣੇ ਪ੍ਰਤੀਕਰਮ ਦਿੱਤੇ, ਲੇਕਿਨ ਨਿਲਮਾ ਮੈਦਾਨ ਜੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀ ਕੁਝ ਰੱਖਣਾ ਚਾਹੁੰਦੇ ਹਨ ਇਸ ਮੰਚ ਦੇ ਉੱਤੇ, ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਨਿਲਮਾ ਜੀ, ਤੁਹਾਡਾ ਸਵਾਗਤ ਹੈ ਇਸ ਮੰਚ ਦੇ ਉੱਤੇ। ਕਰਤਾਰਪੁਰ ਲਾਂਘੇ ਨੂੰ ਲੈ ਕੇ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਮੈਨੂੰ ਤੁਸੀਂ ਲਾਈਨ ਤੇ ਦਿੱਤਾ ਹੋਇਆ। ਮੇਰਾ ਓਪੀਨੀਅਨ ਇਹ ਹੈਗਾ ਹੈ ਕਿ
ਕਰਤਾਰਪੁਰ ਦਾ ਜਿਹੜਾ ਕੋਰੀਡੋਰ ਹੈ ਇਹ ਇੰਨਾ ਸਿਗਨੀਫੀਕੈਂਟ ਹੈਗਾ ਸਾਡੇ ਸਾਰਿਆਂ ਵਾਸਤੇ, ਪਰ ਥੋੜੀ ਜੀ ਸਾਨੂੰ ਸਬਰ ਕਰਨੀ ਪਏਗੀ ਇਹਦੇ ਵਾਸਤੇ। ਇਸ ਵਕਤ ਐਟ ਪ੍ਰੈਜੈਂਟ ਸਾਰੇ ਜਿੰਨੇ ਹਾਲਾਤ ਹਨ ਉਹ ਥੋੜੇ ਸੈਂਸਿਟਿਵ ਹਨ, ਕੰਮ ਉੱਥੇ ਰੁਕਿਆ ਨਹੀਂ ਹੈਗਾ, ਕੰਮ ਹੁਣੇ ਵੀ ਚੱਲ ਰਿਹਾ ਹੈਗਾ, ਤੇ ਜਿਹੜੀ ਟਾਕਸ ਹਨ ਟਾਕਸ ਵੀ ਚੱਲ ਰਹੀਆਂ ਹਨ, ਪਰ ਐਸ ਸੂਨ ਐਸ ਥੋੜਾ ਜਿਹਾ ਮਾਹੌਲ ਠੀਕ ਹੁੰਦਾ ਜਾਏਗਾ, ਜਿਸ ਤਰ੍ਹਾਂ ਹੁਣ ਕਸ਼ਮੀਰ ਵਿੱਚ ਵੀ ਥੋੜਾ ਥੋੜਾ ਹੌਲੀ ਹੌਲੀ ਬਹੁਤ ਹੀ ਹੌਲੀ ਹੌਲੀ ਨੋਰਮਲਾਈਜੇਸ਼ਨ ਆ ਰਿਹਾ ਹੈ, ਐਸਾ ਮੈਂ ਸੁਣ ਰਹੀ ਹਾਂ। ਤੇ ਇਸੇ ਤਰ੍ਹਾਂ ਜਿਹੜੀ ਐਕਸਪੈਕਟੇਸ਼ਨ ਹੈ ਸਿੱਖ ਭਰਾਵਾਂ ਨੂੰ ਤੇ ਪੂਰੇ ਪੰਜਾਬ ਨੂੰ, ਸੋ ਕੈਨ ਵੀ ਹੈਵ 100% ਸ਼ੋਰਿਟੀ ਫਰੋਮ ਦੀ ਬੀਜੇਪੀ ਦੈਟ ਕਰਤਾਰਪੁਰ ਕੋਰੀਡੋਰ ਵਿਲ ਓਪਨ? ਓਕੇ, ਵਾਟ ਆਈ ਕੈਨ ਸੇ ਇਜ਼, ਮੈਂ ਇਹ ਕਹਿ ਰਹੀ ਹਾਂ ਕਿ ਇਹ ਜਿਹੜਾ 100% ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤੇ ਦੋਨੋਂ ਮੁਲਕਾਂ ਦੇ ਵਿੱਚ ਉਹਨਾਂ ਦੀ ਹਕੂਮਤ ਦੇ ਵਿੱਚ ਗੱਲ ਹੋਏਗੀ। ਇਹ ਮੈਂ ਐਸ ਐਨ ਇੰਡੀਵਿਜੁਅਲ ਕੁਛ ਨਹੀਂ ਕਹਿ ਸਕਦੀ, ਬਿਕੋਜ਼ ਜਦੋਂ ਇਹ ਹੋਏਗਾ ਉਸ ਟਾਈਮ ਤੇ ਉਸ ਟਾਈਮ ਨੂੰ ਲੈ ਕੇ, ਨਿਲਮਾ ਜੀ ਆਈ ਐਮ ਨਾਟ ਆਸਕਿੰਗ ਐਸ ਐਨ ਇੰਡੀਵਿਜੁਅਲ, ਆਈ ਐਮ ਆਸਕਿੰਗ ਐਸ ਐਨ ਦੀ ਲੀਡਰ ਫਰੋਮ ਦੀ ਬੀਜੇਪੀ ਹੂ ਰਿਪਰੈਜ਼ੈਂਟਸ ਦੀ ਬੀਜੇਪੀ ਓਵਰਸੀਜ਼। ਪੰਜਾਬੀ ਭਰਾਵਾਂ ਲਈ ਬੀਜੇਪੀ ਦਾ ਸਟੈਂਡ ਹਜ ਤੱਕ ਕਲੀਅਰ ਸਾਨੂੰ ਨਹੀਂ ਹੋ ਪਾ ਰਿਹਾ, ਸਾਨੂੰ ਹਜੇ ਵੀ ਲੱਗਦਾ ਹੈ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈ, ਤੇ ਦੱਸੋ ਤੁਹਾਡੇ ਦਰਸ਼ਕਾਂ ਨੂੰ ਕੀ ਹੈਗਾ ਕਿ ਨਹੀਂ। ਨਹੀਂ, ਐਸਾ ਸੋਚਣਾ ਬਿਲਕੁਲ ਗਲਤ ਹੈ, ਬਿਕੋਜ਼ ਅਗਰ ਤੇ ਐਸਾ ਹੁੰਦਾ ਤੇ ਜਿਹੜੀ ਹਕੂਮਤ ਗੱਲ ਸ਼ੁਰੂ ਕਰ ਸਕਦੀ ਹੈ ਉਹ ਹਕੂਮਤ ਗੱਲ ਨੂੰ ਬੰਦ ਵੀ ਕਰ ਸਕਦੀ ਹੈ, ਉਹਨਾਂ ਨੇ ਨਹੀਂ ਕੀਤੀ ਹੈ। ਤੇ ਜਦੋਂ ਤੁਹਾਡੇ ਤੁਹਾਡੇ ਸਾਰੇ ਰਸਤੇ ਹੁਣੇ ਖੁੱਲੇ ਹਨ ਕਿ ਅੱਗੇ ਚੱਲ ਕੇ ਸਾਰਾ ਸਭ ਕੁਛ ਠੀਕ ਹੋਏਗਾ ਤੇ ਸਾਨੂੰ ਵੀ ਉਸੀ ਉਮੀਦ ਤੇ ਚੱਲਣਾ ਹੈਗਾ। ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਥੋੜਾ ਜਿਹਾ ਸਾਨੂੰ ਸਬਰ ਕਰਨਾ ਹੈ, ਕਿਉਂਕਿ ਇਸ ਵਕਤ ਰਾਈਟ ਦਿਸ ਮਿੰਟ ਜਿਹੜੇ ਹਾਲਾਤ ਹਨ ਕੰਟਰੀਜ਼ ਵਿੱਚ ਉਹ ਥੋੜੇ ਸੈਂਸਿਟਿਵ ਹਨ ਤੇ ਸਾਨੂੰ ਉਸਨੂੰ ਵੀ ਕਾਊਂਟ ਕਰਨਾ ਪਏਗਾ। ਇਹ ਨਹੀਂ ਹੁੰਦਾ ਕਿ ਬਈ ਅਸੀਂ ਇਹ ਹੀ ਦੇਖੀਏ ਕਿ ਹੋਇਆ ਕਿਉਂ ਨੀ ਕੰਮ, ਹੋ ਕਿਉਂ ਨੀ ਰਿਹਾ, ਉਹਨੇ ਹੀ ਹੋਣਾ ਚਾਹੀਦਾ। ਉਹ ਥੋੜੀ ਸਬਰ ਰੱਖੋ, ਅਸੀਂ ਤੇ ਫਿਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਬਰ ਕਿਉਂ ਨਹੀਂ ਰੱਖੀ? ਉਹਨਾਂ ਨੂੰ ਪਤਾ ਸੀਗਾ ਕਿ ਬਈ ਇਹ ਸਿੱਖਾਂ ਦੇ ਲਈ ਸਭ ਤੋਂ ਵੱਡੀ ਗੱਲ ਹੈਗੀ ਹੈ, ਜਿਹੜੇ ਖੁੱਲੇ ਦਰਸ਼ਨ ਦੀਦਾਰ ਉਹ ਗੁਰਦੁਆਰੇ ਦੇ ਕਰਨਾ ਚਾਹੁੰਦੇ ਹਨ, ਤਾਂ ਜੰਮੂ ਕਸ਼ਮੀਰ ਨੂੰ ਥੋੜਾ ਉਹ ਸਬਰ ਰੱਖ ਲੈਂਦੇ। ਨਹੀਂ, ਸਬਰ ਰੱਖ ਲੈਂਦੇ ਨਹੀਂ ਤੁਸੀਂ, ਸਬਰ 70 ਸਾਲ ਦੀ ਸਬਰ ਨੂੰ ਤੁਸੀਂ ਸਬਰ ਨਹੀਂ ਗਿਣਦੇ ਹੋ? ਨਹੀਂ, ਮੈਂ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਨਹੀਂ ਸਬਰ ਰੱਖਣਾ ਸੀਗਾ, ਤੇ ਪ੍ਰਧਾਨ ਮੰਤਰੀ ਮੋਦੀ ਸਬਰ ਰੱਖ ਲੈਂਦੇ, ਬਾਅਦ ਚ ਇਸ ਗੱਲ ਨੂੰ ਕਰ ਲੈਂਦੇ, ਕਰਤਾਰਪੁਰ ਲਾਂਘਾ ਖੁੱਲ ਜਾਂਦਾ, ਖੁੱਲੇ ਦਰਸ਼ਨ ਦੀਦਾਰ ਹੋ ਜਾਂਦੇ ਨਨਕਾਣਾ ਸਾਹਿਬ ਤੇ, ਉਸ ਤੋਂ ਬਾਅਦ ਕਰ ਲੈਂਦੇ। ਸਿਆਸੀ ਪੰਡਤਾਂ ਇਹ ਵੀ ਕਹਿੰਦੇ ਹਨ ਜਾਣ ਬੁੱਝ ਕੇ ਕੀਤਾ ਗਿਆ ਤਾਂ ਕਿ ਕਰਤਾਰਪੁਰ ਲਾਂਘਾ ਨਾ ਖੁੱਲ ਪਾਏ। ਨਾਟ ਐਸੇ ਅਲੀਗੇਸ਼ਨ ਹੋ ਜਾਏਗਾ ਇਸ ਤਰ੍ਹਾਂ, ਤੁਸੀਂ ਨੈਸ਼ਨਲ ਟੈਲੀਵਿਜ਼ਨ ਵਿੱਚ ਨਾ ਕਹੋ, ਬਿਕੋਜ਼ ਕਿ ਆਪਕੇ ਜੋ ਬੋਲ ਰਹੇ ਆਪਕੇ ਪਾਸ 100% ਪ੍ਰੂਫ ਹੈ। ਮੈਂ ਕਹਿ ਰਿਹਾ ਜੀ ਸਿਆਸੀ ਪੰਡਤਾਂ ਦੇ ਮੀਡੀਆ ਦੇ ਵਿੱਚ ਔਰ ਸਾਰੀ ਜਗ੍ਹਾ ਗੱਲ ਆਈ ਹੈ, ਜੇ ਤੁਸੀਂ ਫੈਕਟਸ ਨੂੰ ਰੱਖ ਦੋ, ਯੂ ਕੈਨ ਟੈਲ ਅਸ ਦੀ ਫੈਕਟਸ, ਯੂ ਕੈਨ ਟੈਲ ਅਸ ਦੀ ਫੈਕਟਸ, ਤੁਸੀਂ ਰੱਖ ਦਿਓ ਸਾਡੇ ਕੋਲ ਫੈਕਟਸ, ਤੁਸੀਂ ਸਾਨੂੰ 100% ਸ਼ਿਓਰਿਟੀ ਦੇ ਦਿਓ, ਤੁਹਾਡੀ ਗੱਲਾਂ ਤੋਂ ਲੱਗ ਹੀ ਨਹੀਂ ਰਿਹਾ ਕਿ ਦਿਸ ਗੋਨਾ ਹੈਪਨ। ਕਰਤਾਰਪੁਰ ਕੋਰੀਡੋਰ ਨਹੀਂ ਖੁੱਲਣਾ ਚਾਹੀਏ, ਬਹੁਤ ਬੜਾ ਸਿਕਿਉਰਿਟੀ ਇਸ਼ੂ ਹੈ, ਵਹਾਂ ਪਰ ਐਸਾ ਹੋ ਜਾਏਗਾ ਵੈਸਾ ਹੋ ਜਾਏਗਾ, ਇਸਕੋ ਕੌਣ ਇਨਕੋ ਕੌਣ ਬੁਲਵਾ ਰਹਾ ਹੈ? ਨਹੀਂ ਰੁਕੇਗਾ। ਔਰ ਸੁਬ੍ਰਹਮਣਿਅਮ ਕੇ ਸਵਾਮੀ ਕੇ ਅਗਰ ਵੋ ਯੇ ਉਲਟਾ ਬੋਲ ਦੇਤੇ ਕਿ ਨਹੀਂ ਯੇ ਤੋ ਖੁਲੇਗਾ ਹੀ ਖੁਲੇਗਾ ਤੋ ਕਿਆ ਹੋ ਜਾਏਗਾ? ਨਹੀਂ ਹੋਗਾ। ਅਗਰ ਸੁਬ੍ਰਹਮਣਿਅਮ ਸਵਾਮੀ ਜੀ ਕੇ ਕਹਿਣੇ ਸੇ ਕਈ ਬਾਤੇ ਹੋਤੀ ਨਾ ਤੋ ਆਜ ਹਿੰਦੁਸਤਾਨ ਕਾ ਨਕਸ਼ਾ ਹੀ ਕੁਛ ਹੋਰ ਹੋਤਾ, ਲੇਕਿਨ ਐਸੇ ਨਹੀਂ ਹੋਤਾ ਹੈ। ਜੋ ਜਬ ਹਕੂਮਤ ਬਣੀ ਔਰ ਰਨਿੰਗ ਅ ਕੰਟਰੀ, ਔਰ ਜਬ ਹਕੂਮਤ ਬਾਤ ਕਰਤੀ ਹੈ, ਹਕੂਮਤ ਏਕ ਕੰਟਰੀ ਕੋ ਚਲਾਤੀ ਹੈ, ਨਾ ਆਪ ਯੇ ਪ੍ਰੇਡਿਕਟ ਕਰ ਸਕਤੇ ਹੋ ਕਿ ਪਾਕਿਸਤਾਨ ਵਾਲੇ ਕੀ ਕਹਿਣਗੇ ਸਾਨੂੰ। ਅਸੀਂ ਇਹ ਵੀ ਨਹੀਂ ਪ੍ਰੇਡਿਕਟ ਕਰ ਸਕਦੇ ਹਾਂ ਕਿ ਹਿੰਦੁਸਤਾਨ ਦੀ ਹਕੂਮਤ ਕਿਸ ਤਰਫ ਜਾਏਗੀ। ਮਿਨਟ ਟੂ ਮਿਨਟ ਸਾਰਾ ਪਾਕਿਸਤਾਨ ਦੇ ਲੀਡਰਸ ਇਹ ਕਹਿ ਰਹੇ ਨੇ, ਪਾਕਿਸਤਾਨ ਦੇ ਲੀਡਰਸ ਇਹ ਕਹਿ ਰਹੇ ਨੇ ਕਿ ਭਾਰਤ ਵੱਲੋਂ ਉਹਨਾਂ ਦਾ ਮੈਨੂੰ ਲੱਗਦਾ ਕਿ ਮਨ ਨਹੀਂ ਹੈਗਾ ਖੋਲਣ ਦਾ, ਪਾਕਿਸਤਾਨ ਦੇ ਲੀਡਰ ਕਹਿ ਰਹੇ ਨੇ ਅਸੀਂ ਤਾਂ ਤਿਆਰ ਹਾਂ। ਨਹੀਂ, ਉਹ ਤਿਆਰ ਹਨ, ਉਹਨਾਂ ਨੇ ਕਈ ਗੱਲਾਂ ਨੂੰ ਕਹਿਤਾ ਕਿ ਅਸੀਂ ਤਿਆਰ ਹਾਂ, ਸਾਨੂੰ ਵੀ ਹੈਡ ਅ ਬੈਡ ਐਕਸਪੀਰੀਅੰਸ ਇਨ ਦਾ ਪਾਸਟ, ਇਸ ਐਕਸਪੀਰੀਅੰਸ ਨੂੰ ਲੈ ਕੇ ਜਿਹੜੀ ਸਾਡੀ ਹਕੂਮਤ ਜਿਹੜੀ ਚੱਲੇਗੀ ਉਹ ਸੋਚ ਸਮਝ ਕੇ ਚੱਲੇਗੀ, ਮੈਂ ਇੰਨਾ ਕਹਿ ਸਕਦੀ ਹਾਂ। ਚਲੋ ਹੁਣ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਆ ਇਸ ਤੋਂ ਬਾਅਦ, ਉਹਨਾਂ ਨੂੰ ਵੀ ਆਪਾਂ ਜਾਣ ਲੈਣੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਨੀਲਮਾ ਮਦਾਨ ਜੀ ਫੋਰ ਯੋਰ ਪ੍ਰੀਸ਼ੀਅਸ ਟਾਈਮ, ਐਂਡ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਤੇ ਉੱਤੇ ਰੱਖੇ। ਉਮੀਦ ਬਣਾਏ ਰੱਖੋ, ਲੈਟਸ ਆਲ ਬੀ ਯੂਨਾਈਟਿਡ ਅੰਡਰ ਵਨ ਫਲੈਗ। ਠੀਕ ਹੈ, ਮਿਹਰਬਾਨੀ ਤੁਹਾਡੀ, ਮਿਹਰਬਾਨੀ।
ਤੇ ਮੇਰੇ ਨਾਲ ਕਾਫੀ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ। ਜੇਕਰ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ, ਮੈਂ ਸਿਰਫ ਇੱਕ ਬਹੁਤ ਹੀ ਜਲਦ ਵਾਲੇ ਕਮਰਸ਼ੀਅਲ ਦੇ ਉੱਤੇ ਜਾ ਰਿਹਾ ਹਾਂ, ਜਦ ਵਾਪਸ ਆਵਾਂਗਾ ਲਵਾਂਗਾ ਤੁਹਾਡੇ ਫੋਨ ਕਾਲਸ। ਤੁਹਾਡੇ ਫੋਨ ਕਾਲਸ ਦਾ ਹੁਣ ਸਮਾਂ ਜੀ, ਲੈਂਦੇ ਹਾਂ ਤੁਹਾਡੀ ਫੋਨ ਕਾਲਸ ਔਰ ਕੀ ਕੁਝ ਤੁਸੀਂ ਰੱਖਣਾ ਚਾਹੁੰਦੇ ਹੋ ਇਸ ਮੰਜੇ ਦੇ ਉੱਤੇ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਦਰਸ਼ਨ ਬੋਲਦਾ ਜੀ, ਲੋਸ ਐਂਜਲਸ ਤੋਂ ਮੈਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਬਈ, ਬੀਜੇਪੀ ਦੀ ਤੇ ਕੋਈ ਇਤਵਾਰ ਨਹੀਂ ਕੀਤਾ ਜਾ ਸਕਦਾ ਜੀ, ਪਰ ਇਹ ਨੰਗਾ ਜ਼ਰੂਰ ਖੁੱਲੂਗਾ। ਠੀਕ ਹੈ, ਉਹਦਾ ਕਾਰਨ ਹੈ ਕਿਉਂਕਿ ਉਹ ਜਿਹੜਾ ਪਾਕਿਸਤਾਨ ਹੈ ਉਹ ਪੂਰੀ ਤਨਦੇਹੀ ਨਾਲ ਲੱਗਿਆ ਹੋਇਆ, ਉਹਨੇ 70% ਨਾਂਗਾ ਕੰਪਲੀਟ ਕਰ ਦਿੱਤਾ ਹੈ, ਤੇ ਬੀਜੇਪੀ ਇੱਥੇ ਵਾਲਿਆਂ ਨੇ ਆਪਣੇ ਨੇ ਹਜੇ 30% ਅੱਜ ਦੀ ਰਿਪੋਰਟ ਹੈ, ਜਦੋਂ ਕੰਮ ਉਹਨਾਂ ਨੇ ਦੁਬਾਰੇ ਸ਼ੁਰੂ ਕੀਤਾ, ਹੜਤਾਲ ਸੀ ਇੱਕ ਹਫਤੇ ਦੀ, ਉੱਥੇ ਜਿਹੜੇ ਵਰਕਰ ਸੀ ਉਹਨਾਂ ਨੂੰ ਪੈਸੇ ਨੀ ਦਿੱਤੇ ਇਹਨਾਂ ਨੇ, ਤੇ ਉਹ ਹਫਤੇ ਦੀ ਜਿਹੜੀ ਹੜਤਾਲ ਤੋਂ ਬਾਅਦ ਕੰਮ ਸ਼ੁਰੂ ਹੋਇਆ ਤੇ 30% ਕੰਮ ਜਲਦੀ ਹੋਇਆ। ਇਹ ਮਰਜ਼ੀ ਨੂੰ ਅੱਗ ਚੱਪਣਾ ਪੈਣਾ ਇਹਨਾਂ ਨੂੰ, ਬੀਜੇਪੀ ਵਾਲਿਆਂ ਨੂੰ, ਕਿਉਂਕਿ ਇਹਨਾਂ ਨੇ ਤਾਂ ਪੰਜਾਬ ਨਾਲ ਮਤਈ ਮਾਰਾ ਸਲੂਕ ਰੱਖਿਆ, ਆ ਹੜਾਂ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਸਾਨੂੰ ਸ਼ਾਮਲ ਹੀ ਨੀ ਕੀਤਾ, ਜਿਹੜੇ ਹਰ ਪ੍ਰਭਾਵਿਤ ਸੂਬੇ ਆ। ਸੋ ਇਸ ਕਰਕੇ ਕਹਿੰਦਾ ਵੀ ਇਹ ਕਰਨਾ ਤਾਂ ਪਊਗਾ ਇਹਨਾਂ ਨੂੰ, ਚਾਹੇ ਮੀਂਗਣਾ ਪਾ ਕੇ ਹੀ ਕਰਨਾ ਪਵੇ, ਪਰ ਇਹ ਇਹਨਾਂ ਦੇ ਮਨ ਨੀ ਮੰਨ ਰਹੇ, ਇਹ ਸਾਨੂੰ ਟੋਹਦੇ ਆ। ਜਿਹੜਾ ਸਵਾਮੀ ਹੈ ਨਾ, ਇਹੋ ਜਿਹੇ ਬੰਦੇ ਨੂੰ ਭੇਜ ਭੇਜ ਕੇ ਇਹ ਟੋਹਦੇ ਆ, ਪੰਜਾਬੀ ਕਿੱਥੇ ਖੜੇ ਆ, ਕਿੱਥੇ ਇਹ ਕਿੰਨਾ ਕੁ ਰਿਐਕਸ਼ਨ ਕਰਦੇ ਆ। ਤਾਂ ਹੀ ਸਾਡੀ ਅੱਜ ਜ਼ਿੰਮੇਵਾਰੀ ਬਣ ਗਈ ਸੀ ਇਹਨਾਂ ਦੇ ਰਿਐਕਸ਼ਨ ਇਹਨਾਂ ਨੂੰ ਸੁਣਾਉਣਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਰਾਜ ਕੁਮਾਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਾਜ ਕੁਮਾਰ ਸਾਹਿਬ, ਬੜੀ ਮਿਹਰਬਾਨੀ ਤੁਸੀਂ ਮੁੱਦਾ ਬਣਾ ਅੱਛਾ ਦੇ ਆਏ ਹੋ, ਤੇ ਮੈਂ ਤੇ ਇਹ ਕਹਾਂਗਾ ਕਿ ਗੁਰੂ ਨਾਨਕ ਦੇਵ ਜੀ ਮਿਹਰਬਾਨੀ ਕਰਨ, ਉਹਨਾਂ ਦੀ ਮਿਹਰਬਾਨੀ ਦੋਨਾਂ ਪਾਸਿਆਂ ਦੀ, ਦੋਨਾਂ ਨੇ ਗਵਰਨਮੈਂਟ ਜੀ। ਬਾਕੀ ਸੁਬਰਾਮਨਿਅਮ ਸਵਾਮੀ ਜੀ ਦੀ ਗੱਲ ਹੈ, ਉਹ ਇਹਨਾਂ ਦੀ ਗੱਲ ਤੇ ਯਕੀਨ ਨਾ ਕਰੋ। ਮੋਦੀ ਜੀ ਵੱਲੋਂ, ਠੀਕ ਹੈ, ਅਮਿਤ ਸ਼ਾਹ ਵੱਲੋਂ ਕੋਈ ਬਿਆਨ ਨਹੀਂ ਆਉਂਦਾ, ਉਹਨਾਂ ਬਿਆਨਾਂ ਯਕੀਨ ਰੱਖੋ, ਇਹਨਾਂ ਦੇ ਬਿਆਨ ਤੇ ਕੋਈ ਯਕੀਨ ਨਾ ਕਰੋ। ਠੀਕ ਹੈ ਜੀ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਏਗੀ ਸਾਡੇ ਤੇ, ਠੀਕ ਹੈ ਜੀ, ਬਿਲਕੁਲ ਉਹਨਾਂ ਦੀ ਕਿਰਪਾ ਨਾਲ ਇਹ ਲਾਂਘਾ ਖੁੱਲੇਗਾ। ਠੀਕ ਹੈ ਜੀ, ਇੱਕ ਦੋ ਨਵੰਬਰ ਤੱਕ। ਮਿਹਰਬਾਨੀ ਤੁਹਾਡੀ, ਮਿਹਰਬਾਨੀ ਤੁਹਾਡੀ ਰਾਜਕੁਮਾਰ ਸਾਹਿਬ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਅ ਜੀ ਜੀ, ਮੈਂ ਕਸ਼ਮੀਰ ਸਿੰਘ ਬੋਲਦਾ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਕਸ਼ਮੀਰ ਸਿੰਘ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਹਾਂਜੀ, ਵਿਚਾਰ ਇਹ ਹੈ ਜੀ, ਜਿਹੜੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛਣ ਦਾ ਤਰੀਕਾ ਉਹ ਤਾਂ ਬਹੁਤ ਵਧੀਆ, ਪਰ ਮੈਂ ਹੈਰਾਨ ਹਾਂ ਕਿ ਬੀਜੇਪੀ ਦੇ ਲੀਡਰ ਦੋਵੇਂ ਜਿਹੜੇ ਬੋਲਦੇ ਸੀ, ਇਹਨਾਂ ਦੇ ਜਵਾਬ ਦੇਣ ਦਾ ਤਰੀਕਾ ਕੋਈ ਨਹੀਂ। ਇਹਨਾਂ ਨੇ ਆਪਣੇ ਲੀਡਰ ਸੁਬਰਾਮਨੀਅਮ ਐਂ ਕਹਿੰਦਾ ਉਹ ਕਹਿੰਦਾ, ਉਹਦੇ ਨਾਲ ਕੋਈ ਸਹਿਮਤ ਨਹੀਂ, ਪਰ ਤੁਸੀਂ ਇੰਨੇ ਹੀ ਖੁੱਲੇ ਛੱਡੇ ਆ, ਜੋ ਮਰਜ਼ੀ ਬੋਲੀ ਜਾਣ, ਕੋਈ ਮਤਲਬ ਹੀ ਨਹੀਂ। ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਉਂ ਇੱਦਾਂ ਦੇ ਕੰਮ ਕਰਦੇ ਆ, ਤੁਸੀਂ ਕਹਿੰਦੇ ਕੁਛ ਕਰਦੇ। ਜੀ ਜੀ ਜੀ, ਸਪਸ਼ਟ ਨਹੀਂ ਹੋ ਪਾ ਰਹੀ ਇਹਨਾਂ ਦੀ ਸਥਿਤੀ, ਬਿਲਕੁਲ। ਮਿਹਰਬਾਨੀ ਤੁਹਾਡੀ ਕਸ਼ਮੀਰ ਸਿੰਘ ਜੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਅਰਜ ਕਰਦਾ ਜੀ। ਜੀ, ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਿੰਘ ਜੀ, ਕੀ ਵਿਚਾਰ ਰੱਖਣਾ ਚਾਹੋਗੇ? ਦੇਖੋ ਜੀ, ਜਿੱਥੋਂ ਤੱਕ ਤਾਂ ਮੀਡੀਆ ਦੀ ਗੱਲ ਆ, 84 ਦੇ ਵਿੱਚ ਸਿੱਖਾਂ ਤੇ ਇੰਨੇ ਅਤਿਆਚਾਰ ਹੋਏ, ਮੀਡੀਆ ਕੂਕ ਸੁੱਤਾ ਰਿਹਾ। ਨੰਬਰ 2, ਜਿੱਥੋਂ ਤੱਕ ਆਪਣੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਆ, ਮੇਰਾ ਖਿਆਲ ਹੈ ਵੀ ਸਿੱਖ ਕਦੇ ਕਿਸੇ ਸਰਕਾਰਾਂ ਦੇ ਜਾਂ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕਦੇ ਮਹਤਾਜ ਨਹੀਂ ਰਹੇ। ਇਹ ਲਾਂਘੇ ਤਾਂ ਸਿੱਖਾਂ ਦੇ ਦਿਲਾਂ ਵਿੱਚ ਵੱਸਦੇ ਨੇ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਤੁਹਾਡੀ, ਮਿਹਰਬਾਨੀ ਤੁਹਾਡੀ। ਤਾਂ ਮੈਂ ਕਾਫੀ ਸਾਰੇ ਕਾਲਰਸ ਹੋਰ ਵੀ ਇਸ ਟਾਈਮ ਮੇਰੇ ਨਾਲ ਮੌਜੂਦ ਹੈ, ਲੇਕਿਨ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੇ ਫੋਨ ਕਾਲਸ ਨੂੰ ਜ਼ਰੂਰ ਚੁੱਕ ਕੇ ਆਨਸਰ ਕਰਨਾ ਚਾਹੁੰਦਾ ਸੀਗਾ, ਪਰ ਮੈਂ ਇਹ ਗੱਲ ਨੂੰ ਜ਼ਰੂਰ ਕਹਾਂਗਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਵੇਂ ਕੁਝ ਵੀ ਅਪਡੇਟਸ ਹੋਣ, ਭਾਵੇਂ ਉਹ ਦੇਰੀ ਭਾਰਤ ਵੱਲੋਂ ਹੋਏ, ਭਾਵੇਂ ਪਾਕਿਸਤਾਨ ਵੱਲੋਂ ਬਿਆਨ ਹੈ, ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਤੁਹਾਡੇ ਸਾਹਮਣੇ ਉਹਦੇ ਅਥੈਂਟਿਸਿਟੀ ਜ਼ਰੂਰ ਲੈ ਕੇ ਆਏਗਾ ਕਿ ਹਾਲ ਫਿਲਹਾਲ ਦੇ ਵਿੱਚ ਜਿਹੜਾ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈਗਾ, ਔਰ ਜਿਹੜੇ ਪੈਰੋਕਾਰ ਹਨ ਉਹ ਇਸ ਮੁਤਲਕ ਕੀ ਕੁਝ ਵਿਚਾਰ ਰੱਖ ਰਹੇ ਹਨ ਅਤੇ ਉਹਨਾਂ ਦੀ ਸੋਚ ਕੀ ਹੈ। ਬੀਜੇਪੀ ਦੇ ਸਾਹਮਣੇ ਅਸੀਂ ਇਹਨਾਂ ਸਾਰੇ ਸਵਾਲਾਂ ਨੂੰ ਰੱਖਿਆ, ਲੇਕਿਨ ਮੈਨੂੰ ਲੱਗਦਾ, ਔਰ ਜਿਵੇਂ ਸਾਨੂੰ ਸਾਡੇ ਕਾਲਰ ਵੀ ਕਹਿ ਰਹੇ ਸੀਗੇ ਕਿ ਇੱਕ ਜਿਹੜਾ ਅਹਿਸਾਸ ਕੀਤਾ ਜਾ ਸਕੇ ਔਰ 100% ਅਸੀਂ ਸ਼ੋਰ ਹੋ ਸਕੀਏ ਕਿ ਹਾਂ ਵਾਕਈ ਇਹ ਜਿਹੜਾ ਲਾਂਘਾ ਹੈ ਖੁੱਲ੍ਹੇਗਾ, ਲੇਕਿਨ ਸਾਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈਗਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜੀ ਅਰਦਾਸਾਂ ਹਨ ਉਹ ਜ਼ਰੂਰ ਪੂਰੀਆਂ ਹੋਣ, ਤਾਂ ਕਿ ਸਿੱਖ ਉੱਤੇ ਜਾ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕੇ, ਔਰ ਅਰਦਾਸ ਦੇ ਵਿੱਚ ਅਸੀਂ ਜੋ ਇਸ ਗੱਲ ਨੂੰ ਜ਼ਰੂਰ ਕਹਿੰਦੇ ਹਾਂ, ਖੁੱਲ੍ਹੇ ਅਤੇ ਦਰਸ਼ਨ ਹੋਣ ਅਤੇ ਦੀਦਾਰ ਹੋਣ, ਅਤੇ ਇਹ ਖੁੱਲ੍ਹੇ ਦਰਸ਼ਨ ਜ਼ਰੂਰ ਹੋਣ, ਅਸੀਂ ਇਹਨਾਂ ਸਾਰੇ
ਮਸਲਿਆਂ ਦੇ ਉੱਤੇ ਪਲ ਪਲ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਜੇਕਰ ਮੈਂ ਤੁਹਾਡੇ ਫੋਨ ਕਾਲਸ ਨੂੰ ਨਹੀਂ ਚੁੱਕ ਸਕਿਆ ਤਾਂ ਮੈਂ ਪਹਿਲੇ ਮਾਫ਼ੀ ਚਾਹਾਂਗਾ, ਲੇਕਿਨ ਜੇਕਰ ਤੁਸੀਂ ਮੈਨੂੰ ਮੇਲ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ, harkeerat@jasbroadcasting.com, info@jasbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।